जी प्रोग्राम शमादान दे विच खबरां दा सिलसिला शुरू है जी। सरदार गुरदर्शन सिंह संधू होरी मेरे नाल जुड़ गए ने फिरोजपुर तों। गुरदर्शन सत श्री अकाल जी। सत श्री अकाल धन्यवाद साहब। गुरदर्शन जी, सब तो पहला मौसम बड़ा बद मिजाजी दिखा रहा है, क्योंकि कणकां तां लगभग वढ़ियां गईआं ने ते पर तूड़ी बनाउण दा काम जिहड़ा हैगा। दूजे पासे यह भी चर्चा हो गई है कि 1 जून तो मंग की जा रही है कि झोने की लवाई जी है उसकी इजाजत दी जाए, पर किसान सीधी बुआई करनी भी चल पे ने। हाँ बिल्कुल धन्यवाद साहब। मौसम की गल जो करिए, मौसम राती भी बारिश हुई है, तूड़ी बनाने वाले जिहड़े अद्धी तूड़ी यानी 50% किसान अजे तूड़ी बनाने वाला रहिंदा वा, पर उस दुपहरे जे मशीनां चलियां उस तो बाद फिर दोबारा हुण बारिश हुण भी हो गई है। हुण भी मौसम जिहड़ा काफ़ी बाहर जिहड़ा पूरा काला बदल जिहड़ा बनया होया, लगता है कि रात नूं बारिश दोबारा फिर होगी। मंडियां च भी किसान फिलहाल बैठा क्योंकि जिहड़ा कणक है वह ट्रालियां दीआं एक एक ट्राली करके लियाउणी पई किसानां नूं। कई तो जिहड़े वड्डे सीगे जिन्हां दी चल गई उहनां दा घरे तलाती जी, तां जिहड़े मातड़ सी उहनां नूं मंडियां च आउणा पिआ, अजे विचारे मंडियां च रुलदे फिरदे ने। डीसी साहब ने भावें कह दिता कि 84% जिहड़ी लिफ्टिंग हो गई है ते जिहड़ी 662,615 मीट्रिक टन कणक जिहड़ी उह फिरोजपुर च आई है, जी पर फिलहाल तलाई होण वाली है। किसान किते ना किते मंडियां च बैठा है, मौसम दी बदमिजाजी है क्योंकि जे 1 जून नूं, क्योंकि बड़ी वड्डी गल है, एक पोस्ट मैं भी फेसबुक से शेयर की थी कि आपां गड्डियां भर भर के प्रवासी मजदूरां नूं जिहड़ा वापस भेज रहे हैं, जी जे उह वाकई मजदूर ने, उह खेतीबाड़ी नाल संबंधित मजदूर ने तां उहनां नूं इत्थे रखणा चाहीदा है। कई बार जी हुंदा कि फैक्ट्रियां वाले अजकल मजदूर भी मॉडर्न हो गए, हाँ जी, पहलां इह लोक आउंदे हुंदे सी ढाणियां बना के ते सिर्फ खेती वास्ते खेती झोना लाउणा वास्ते कणक आउंदे सी। वढ़नी। हाँ, ਹਾਂਜੀ, ਹੁਣ ਮਜ਼ਦੂਰ ਜਿਹੜੇ ਫੈਕਟਰੀਆਂ 'ਚ ਲੱਗਦੇ ਨੇ ਕੰਨਾਂ 'ਚ ਮੁੰਦਰਾਂ ਪਾ ਕੇ ਰੇਹੜੀਆਂ ਚਲਾ ਰਹੇ ਨੇ, ਗੋਲਗੱਪੇ ਬਣਾ ਰਹੇ ਨੇ, ਇਹ ਮਜ਼ਦੂਰ ਵੀ ਹੋਰ ਤਰੀਕੇ ਦੇ ਹੋ ਗਏ ਨਾ, ਇਹ ਤਾਂ ਆਪਦੇ ਪ੍ਰੋਫੈਸ਼ਨਲ ਕੰਮ ਵਾਸਤੇ ਆਉਂਦੇ ਨੇ, ਮਜ਼ਦੂਰ ਨਹੀਂ ਹੈ। ਹੁਣ ਦਾਨੇ ਵਾਲੇ ਸਾਹਿਬ 2 ਮਹੀਨੇ ਤਾਂ ਅਸੀਂ ਖਵਾਤਾ ਇਹਨਾਂ ਨੂੰ, ਚਲੋ ਸਾਡਾ ਫਰਜ਼ ਆ ਸਿੱਖ ਕੌਮ ਦਾ, ਅਸੀਂ ਕੋਈ ਉੱਚਾ ਨੀਵਾਂ ਨਹੀਂ ਦੇਖਦੇ, ਕੋਈ ਜਾਤ ਪਾਤ ਨਹੀਂ ਦੇਖਦੇ, ਹਰ ਸਾਡਾ ਸਿੱਖ ਹਰ ਧਰਮ ਵਾਸਤੇ ਜਿਹੜਾ ਜਿਹੜਾ ਲੰਗਰਾਂ ਦੇ ਦਰਵਾਜ਼ੇ ਖੁੱਲੇ ਹੁੰਦੇ ਆ, ਪਰ ਚਲੋ ਹੁਣ ਜੇ ਲੋੜ ਆ, ਅੱਜ ਕਿਸਾਨੀ ਨੂੰ ਲੋੜ ਹੈ, ਉਸ ਪੋਸਟ ਦੇ ਥੱਲੇ ਮੈਂ ਹੈਰਾਨ ਸਾਂ ਕਿਸਾਨਾਂ ਦੇ ਬੱਚੇ ਹੀ ਲਿਖ ਰਹੇ ਆ ਕਿ ਕੋਈ ਨੀ ਬਥੇਰੇ ਵਿਹਲੇ ਫਿਰਦੇ ਆ, ਕਹਿੰਦੇ ਇਹ ਲਾ ਲੈਣਗੇ, ਦੱਸੋ ਆਹ ਆਪਣੇ ਹੁਣ ਜਿਹੜੇ, ਚਲੋ ਇਹ ਵੀ ਗੱਲ ਠੀਕ ਹੈ, ਕਿਸਾਨਾਂ ਦੇ ਬੱਚੇ ਜਿਹੜੇ ਇਹ ਝੋਨਾ ਲਾ ਲੈਣਗੇ ਜੀ, ਜਿਹਨਾਂ ਨੂੰ ਤੂੜੀ ਬਣਦੀ ਵੇਖ ਕੇ ਛਿੱਕਾਂ ਆਉਣ ਲੱਗ ਜਾਂਦੀਆਂ। ਬਿਲਕੁਲ ਬਿਲਕੁਲ ਹਾਂਜੀ ਠੀਕ ਹੈ, ਉੱਥੇ ਲੋੜ ਹੈ ਕਿ ਜਿਹੜੇ ਇਹ ਮਜ਼ਦੂਰ ਜਾ ਰਹੇ ਆ, ਸਰਕਾਰ ਥੋੜਾ ਜਿਹਾ ਸੋਚੇ, ਨਹੀਂ ਤਾਂ ਬਹੁਤ ਵੱਡਾ, ਕਿਉਂਕਿ ਮਜ਼ਦੂਰ ਆਪਦੀ ਮਨਮਰਜ਼ੀ ਦਾ ਰੇਟ ਲਊਗਾ। ਪਹਿਲਾਂ ਹੀ ਝੋਨੇ ਦੀ ਬਿਜਾਈ ਜਿਹੜੀ ਹੈ ਉਹ ਕਾਫੀ ਮੈਨੂੰ ਲੱਗਦਾ 5,000 ਦੇ ਕਰੀਬ ਤੱਕ ਹੈਗੀ ਹੈ, ਉਹ ਤਾਂ ਵਾਜਾਂ ਆਉਣ ਲੱਗ ਪਈਆਂ ਜੀ, ਆਉਣ ਲੱਗ ਪਈਆਂ 5,000 ਦੀਆਂ। ਹਾਂਜੀ, ਤੇ ਉਹ ਜ਼ਿਆਦਾ ਹੋਈ ਨਹੀਂ ਹੈ ਜਾਣੇ ਵਾਲੇ ਸਾਹਿਬ, ਜਦੋਂ ਇੱਕਦਮ ਝੋਨਾ ਲੱਗਣਾ ਸ਼ੁਰੂ ਹੋ ਗਿਆ ਇਹ ਜ਼ਿਆਦਾ ਹੋਈ ਨਹੀਂ ਹੈ, ਤੇ ਜਿਹੜੀ ਮੰਗ ਕੀਤੀ ਹੈ ਸੁਖਬੀਰ ਬਾਦਲ ਨੇ ਵੀ ਕੀਤੀ 1 ਜੂਨ ਤੋਂ, ਜੀ ਉਹ ਜ਼ਰੂਰੀ ਹੈ ਜੇ ਪਹਿਲਾਂ ਝੋਨਾ ਲੱਗਣਾ ਸ਼ੁਰੂ ਹੋ ਜਾਊਗਾ ਤੇ ਹੌਲੀ ਹੌਲੀ ਜਿੰਨੇ ਤੱਕ ਝੋਨੇ ਦੀ ਬਿਜਾਈ ਦਾ ਐਂਡ ਹੁੰਦਾ ਉਦੋਂ ਤੱਕ ਲੋਕ ਜਿਹੜੇ ਕਿਸਾਨ ਉਹ ਸੰਭਲ ਸੁੰਭਲ ਕੇ ਆਪਦਾ ਲਾ ਲੈਣਗੇ। ਪਰ ਇੱਕ ਚੀਜ਼ ਦੇਖੋ, ਬੜੀ ਹੈਰਾਨੀ ਦੀ ਗੱਲ ਹੈ ਕਿ ਵਾਕਈ ਗੱਲ ਤਾਂ ਮੈਂ ਤੁਹਾਨੂੰ ਅੱਗੇ ਵੀ ਦੱਸਦਾ ਕਿ ਅੱਗੇ ਵੀ ਤਾਂ ਫੈਕਟਰੀਆਂ ਵਾਲੇ ਮਜ਼ਦੂਰ ਇੱਥੇ ਤੁਰੇ ਫਿਰਦੇ ਸੀ। ਮੈਂ ਤਾਂ ਪਿੰਡਾਂ ਵਾਲਾ ਮੁੰਡਿਆਂ ਨੂੰ ਕਹਿਣ, ਮੈਂ 2-3 ਵਾਰੀ ਰੇਡੀਓ 'ਤੇ ਆਖਿਆ, ਮੈਂ ਕਿਹਾ ਯਾਰ ਦੇਖੋ ਰੇਹੜੀਆਂ ਮੈਂ ਵੇਖਦਾ, ਉਹ ਇੱਕ ਸਾਡੇ ਕਬਾੜੀਆ ਅਖਬਾਰਾਂ ਵਾਲਾ, ਉਹ ਵੀ ਸਬਜ਼ੀ ਵੇਚੀ ਜਾਂਦਾ, ਠੀਕ ਹੈ ਜੀ, ਬੂਟ ਪਾਲਸ਼ਾਂ ਵਾਲੇ ਵੀ ਸਬਜ਼ੀ ਵੇਚੀ ਜਾਂਦੇ ਆ, ਵੀ ਸਾਰਿਆਂ ਨੇ ਭਾਵੇਂ 5-5 ਕਿਲੋ ਸਬਜ਼ੀ ਰੱਖੀ ਹੈ, ਸਾਰੇ ਸਬਜ਼ੀ ਵੇਚੀ ਜਾਂਦੇ ਆ, ਸਾਡੇ ਵਾਲੇ ਕਿਉਂ ਨਹੀਂ ਸਿੱਖਦੇ? ਬੜਾ ਵਧੀਆ ਮੌਕਾ ਸੀ ਵੀ ਸਿੱਖ ਲੈਂਦੇ, ਪਤਾ ਲੱਗ ਜਾਂਦਾ ਵੀ ਸਬਜ਼ੀ ਅਸੀਂ ਵੀ ਵੇਚ ਸਕਦੇ ਹਾਂ, ਅਸੀਂ ਵੀ ਕੰਮ ਕਰ ਸਕਦੇ ਹਾਂ ਸਾਰਾ ਕੁਛ। ਪਰ ਗੱਲ ਇਹ ਕਿ ਅਸੀਂ ਐਡਜਸਟ ਨਹੀਂ ਹੁੰਦੇ ਇਸ ਚੀਜ਼ ਦੇ ਉੱਤੇ, ਜੇ ਉਹ ਚਲੇ ਜਾਣਗੇ ਤਾਂ। ਮੈਂ ਕੱਲ੍ਹ ਇਹ ਵੀ ਮੈਂ ਕਹਿੰਦਾ ਕਿ ਮਨਪ੍ਰੀਤ ਸਿੰਘ ਬਾਦਲ ਵਾਲੀ ਗੱਲ ਬੜੀ ਵਧੀਆ ਮੈਨੂੰ ਨਾ ਹੀ ਲੱਗੀ, ਕਹਿੰਦੇ ਕਿ ਕਰੋਨਾ ਦਾ ਪੋਜ਼ਿਟਿਵ ਇਫੈਕਟ ਇਹ ਵੀ ਹੋਊਗਾ ਕਿ ਸਾਡੇ ਮੁੰਡੇ ਕੰਮ ਕਰਨ ਲੱਗ ਪੈਣਗੇ, ਉਹਨਾਂ ਨੂੰ ਨਵੀਆਂ ਕ੍ਰੋਪ ਡਾਇਵਰਸੀਫਿਕੇਸ਼ਨ, ਜਿਵੇਂ ਹੁਣ ਆਪਾਂ ਕਹਿੰਦੇ ਕਿ ਸਿੱਧੀ ਬਿਜਾਈ ਦੇ ਉੱਤੇ ਆ ਗਏ, ਪਹਿਲਾਂ ਆਪਾਂ ਆਉਂਦੇ ਹੀ ਨਹੀਂ ਸੀ। ਹਾਂਜੀ 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 ਹਾਂ ਹਾਂ ਬਿਲਕੁਲ, ਉੱਥੇ ਗੱਲ ਸਹੀ ਹੈ। ਮੈਂ ਇੱਥੇ ਗੱਲ ਜਿਹੜੀ ਹੈ, ਮੈਂ ਇਹ ਗੱਲ ਜਿਹੜੀ ਤੱਥਾਂ ਦੇ ਆਧਾਰ ਤੇ ਬਿਲਕੁਲ ਸਹੀ ਹੈ, ਕਿਉਂਕਿ ਅੱਜ ਲੋੜ ਸੀਗੀ ਸਾਡੇ ਨੌਜਵਾਨ ਜਿਹੜੇ ਘਰਾਂ 'ਚ ਬੈਠੇ, ਜਿਹੜੇ ਖੇਤੀਬਾੜੀ ਛੱਡ ਚੁੱਕੇ ਆ, ਜਿਹੜੇ ਲੋਕ, ਮੈਂ ਅੱਗੇ ਜ਼ਿਕਰ ਕਰਦਾ ਹੁੰਦਾ, ਮੇਰੀ ਰਹਾਇਸ਼ ਖੇਤ ਦੇ ਵਿੱਚ ਸੀ ਤਾਂ ਅਸੀਂ ਖੇਤ ਦੇ ਵਿੱਚ ਵੀ ਸਬਜ਼ੀ ਨਹੀਂ ਬੀਜ ਸਕਦੇ ਸੀ, ਅੱਡੇ ਤੋਂ ਜਾ ਕੇ ਪਿੰਡੋਂ ਲੈ ਕੇ ਆਉਣੀ, ਬੜੀ ਇਹ ਮਾੜੀ। ਹੁਣ ਔਰਗੈਨਿਕ ਜਿਵੇਂ ਕੁਦਰਤ ਨੇ ਸਾਨੂੰ ਅਗਲਾ ਪਾਸਾ ਦਿਖਾਤਾ, ਤਾਂ ਸਾਨੂੰ ਔਰਗੈਨਿਕ ਖੇਤੀ ਵੱਲੇ ਮੁੜਨਾ ਚਾਹੀਦਾ। ਸਾਡੇ ਜਿਹੜੇ ਨੌਜਵਾਨ ਕਿਸਾਨਾਂ ਦੇ ਬੱਚੇ ਆ ਜਿਹੜੇ ਸੁਣ ਰਹੇ ਆ ਸਾਨੂੰ, ਵਾਕਈ ਕਿਤੇ ਨਾ ਕਿਤੇ ਸਾਨੂੰ ਔਰਗੈਨਿਕ ਖੇਤੀ ਵੱਲੇ ਮੁੜਨਾ ਚਾਹੀਦਾ। ਜਿਵੇਂ ਤੁਸੀਂ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕੀਤੀ ਹੈ, ਮੇਰੇ ਬਿਲਕੁਲ ਘਰ ਦੇ ਪਿੱਛੇ ਇਸ ਟਾਈਮ 25 ਬੰਦੇ ਇੱਕ ਘਰ ਦੇ ਵਿੱਚ ਰਹਿ ਰਹੇ ਆ ਜਿੱਥੇ ਉਹ ਕਰੋਨਾ ਕਰਕੇ ਵੀ ਖਤਰਾ ਹੈ। ਮੈਂ 2-3 ਵਾਰ ਪ੍ਰਸ਼ਾਸਨ ਨੂੰ ਦੱਸਿਆ ਕਿ 25 ਜਿਹੜੇ ਪ੍ਰਵਾਸੀ ਹੈ ਬਿਹਾਰੀ ਮਜ਼ਦੂਰ, ਇਹ ਇਕੱਠੇ 1-2 ਕਮਰਿਆਂ ਦੇ ਵਿੱਚ ਰਹਿ ਰਹੇ ਆ,
ਤੇ ਤੁਸੀਂ ਦੇਖੋ ਹੁਣ ਉਹ ਬੰਦੇ ਇੱਥੋਂ ਗੁਰਦੁਆਰਾ ਸਾਹਿਬ ਚੋਂ ਰਾਸ਼ਨ ਉਹਨਾਂ ਦਾ ਆਉਂਦਾ ਸੀਗਾ ਡੇਲੀ ਸਵੇਰੇ ਦੁਪਹਿਰੇ ਸ਼ਾਮ ਦਾ ਖਾਣਾ, ਹੁਣ ਉਹ ਵੀ ਤਿਆਰੀ ਜਿਹੜੇ ਉਹ ਵੱਟੀ ਬੈਠੇ। ਠੀਕ ਹੈ ਮਜ਼ਦੂਰਾਂ ਆਪੋ ਆਪਦੇ ਘਰ ਨੂੰ ਜਾਣਾ, ਹਰ ਇੱਕ ਦਾ ਅਧਿਕਾਰ ਹੈ ਜੀ, ਪਰ ਇੱਥੇ ਸਰਕਾਰ ਨੂੰ ਸੋਚਣਾ ਹੋਊਗਾ ਕਿ ਸਾਡੇ ਪੰਜਾਬ ਦੇ ਮਜ਼ਦੂਰ ਜਿਹੜੇ ਆ ਉਹ ਇੰਨੇ ਹੈਗੇ ਆ ਕਿ ਕਿਸਾਨੀ ਦੇ ਨਾਲ ਰਲ ਕੇ ਕਿਸਾਨਾਂ ਦੇ ਨਾਲ ਰਲ ਕੇ ਜਿਹੜਾ ਝੋਨੇ ਦੀ ਲਾਗਤ ਹੋ ਜੂਗੀ। ਬਾਕੀ ਆਉਣ ਵਾਲਾ ਸਮਾਂ ਦੱਸੂਗਾ ਜੀ। ਬਾਕੀ ਕਰੋਨਾ ਜਿਹੜਾ ਹੈਗਾ ਉਹ ਵੱਧਦਾ ਜਾ ਰਿਹਾ ਫਿਰੋਜ਼ਪੁਰ ਚ, ਜੇ ਮੈਂ ਜ਼ਿਕਰ ਕਰਦੇ ਹਾਂ 1229 ਸੈਂਪਲ ਲਏ ਸੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਅੱਜ ਦੇ ਬਿਆਨ ਮੁਤਾਬਕ, ਜਿਸ ਚੋਂ 42 ਪੋਜ਼ਿਟਿਵ ਹੋ ਗਏ, 43 ਸੀਗੇ ਨਹੀਂ 44 ਸੀਗੇ, 44 ਚੋਂ 43 ਜਿਹੜੇ ਹੁਣ ਪੋਜ਼ਿਟਿਵ ਨੇ ਜੀ, 336 ਦੀ ਨੈਗੇਟਿਵ ਰਿਪੋਰਟ ਆ ਗਈ ਹੈ, 1230 ਦੀ ਗੱਲ ਮੈਂ ਕਰਦਾ 1230 ਚੋਂ, ਤੇ 447 ਸੈਂਪਲ ਪੈਂਡਿੰਗ ਪਏ ਨੇ ਹਜੇ। ਤੇ ਇਹਨਾਂ ਨੂੰ ਜਿਹੜਾ ਕੁਆਰੰਟਾਈਨ ਕੀਤਾ ਉੱਥੇ ਜਿਹੜਾ ਪ੍ਰਸ਼ਾਸਨ ਆ, ਪਹਿਲਾਂ ਤਾਂ ਕਾਫੀ ਖਿੱਲੀ ਉੱਡੀ ਸੀ ਪ੍ਰਸ਼ਾਸਨ ਦੀ, ਕਿਉਂਕਿ ਉਹਨਾਂ ਨੂੰ ਬੜੀ ਭੈੜੀ ਜਗ੍ਹਾ ਤੇ, ਗੰਦੀਆਂ ਥਾਵਾਂ ਤੇ, ਮੱਛਰ ਵਾਲੀਆਂ ਥਾਵਾਂ ਤੇ ਜਾ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਦੀ ਸਾਰ ਨਹੀਂ ਲਈ, ਫਿਰ ਜਦੋਂ ਲੋਕ ਲਾਈਵ ਹੋਏ ਤਾਂ ਉੱਥੇ ਜਿਹੜੀ ਖਿੱਲੀ ਉੱਡੀ, ਫਿਰ ਪ੍ਰਸ਼ਾਸਨ ਨੇ ਸਾਰਾ ਕੁਝ ਸੰਭਾਲਿਆ, ਮੱਛਰਾਂ ਦੀਆਂ ਸਪਰੇਅ ਸਪਰੂਮ ਕੀਤੀਆਂ, ਪਰ ਅਜੇ ਵੀ ਕਿਤੇ ਨਾ ਕਿਤੇ ਕੰਪਲੇਂਟਾਂ ਆ ਰਹੀਆਂ। ਇੱਕ ਸੈਂਟਰ ਹੈਗਾ ਉੱਥੋਂ ਬੀਬੀ ਦਿਖਾ ਰਹੀ ਹੈ ਰੋਟੀ ਦੇ ਵਿੱਚੋਂ ਮਿੱਟੀ ਨਿਕਲੀ ਹੈ, ਮਿੱਟੀ ਦੀ ਗਲੀ ਨਿਕਲ ਰਹੀ ਹੈ, ਯਾਨੀ ਇਹ ਕਿਤੇ ਨਾ ਕਿਤੇ ਅਜੇ ਵੀ ਕਮੀਆਂ ਹੈਗੀਆਂ। ਪਰ ਫਿਲਹਾਲ ਪ੍ਰਸ਼ਾਸਨ ਜਿਹੜੀਆਂ ਵੀਡੀਓ ਪਵਾ ਰਿਹਾ ਹੁਣ ਕਿ ਸਾਨੂੰ ਬੜੀ ਵੱਡੀ ਸੇਵਾ ਹੋ ਰਹੀ ਹੈ, ਆਪਦੇ ਜਿਹੜੀ ਉਹ ਆਪਦੀ ਪਿੱਠ ਥੱਪ ਥਪਾ ਰਿਹਾ, ਸਾਡੇ ਬਠਿੰਡੇ ਕੜਾਹ ਬਣਾ ਕੇ ਖਵਾਇਆ ਜੀ। ਮੋਬਾਈਲ ਵੀ ਖੋਲੇ, ਕੋਈ ਟੀਵੀ ਸ਼ੀਵੀ ਦਾ ਇੰਤਜ਼ਾਮ ਕਰ ਦਿੰਦੇ, ਹੋਰ ਕਰ ਦਿੰਦੇ ਤਾਂ ਜੀ ਲਾਉਣਾ ਸੌਖਾ ਹੋ ਜਾਂਦਾ ਸੀ। ਗਾਣੇ ਗਾਉਂਦੇ ਨੇ ਜਾਂ ਭੰਗੜੇ ਜਾਂ ਹੋਰ ਇੰਜੋਏ ਕਰਦੇ ਨੇ, ਵੀਡੀਓ ਫਿਰੋਜ਼ਪੁਰ ਦੇ ਜਿਹੜੇ ਕੁਆਰੰਟਾਈਨ ਸੈਂਟਰ ਉਹਨਾਂ ਦੇ ਵਿੱਚੋਂ ਆਈਆਂ ਨੇ ਜੀ। ਬਾਕੀ ਸ਼ਰਾਬ ਦੀਆਂ ਜਿਹੜੀਆਂ ਕੱਲ ਨੂੰ ਚੁਸਕੀਆਂ ਲੈਣਗੇ ਫਿਰੋਜ਼ਪੁਰੀਏ ਵੀ, ਜਿੱਥੇ ਦੂਜਾ ਪੰਜਾਬ ਸਾਰਾ ਲਊਗਾ ਉੱਥੇ ਫਿਰੋਜ਼ਪੁਰੀਆਂ ਨੂੰ ਚਾਹ ਚੜ੍ਹ ਗਏ, ਕਿਉਂਕਿ ਡੀਸੀ ਫਿਰੋਜ਼ਪੁਰ ਨੇ ਲਿਸਟ ਜਾਰੀ ਕਰ ਦਿੱਤੀ ਹੈ ਵੀ ਕਿਹੜੇ ਕਿਹੜੇ ਕੋਨੇ ਤੇ ਠੇਕੇ ਫਿਰੋਜ਼ਪੁਰ ਚ ਖੁੱਲਣਗੇ। ਦੇਖੋ ਲਾਈਨਾਂ ਕਿੱਡੀਆਂ ਲੰਮੀਆਂ ਲੱਗਦੀਆਂ ਨੇ, ਪਿੰਡਾਂ ਦੇ ਵਿੱਚ ਸਾਰੀਆਂ ਲਿਸਟਾਂ ਜਾਰੀ ਹੋ ਗਈਆਂ ਨੇ, ਲਾਲਪਰੀ ਖੋਲਣਾ ਤਾਂ ਘੱਟ ਲੱਗਣਾ। ਹਾਂਜੀ ਹਾਂਜੀ ਹਾਂਜੀ, ਹੋਰ ਲਿਸਟਾਂ ਜਾਰੀ ਹੋਈਆਂ ਕਿ ਫਲਾਣੇ ਫਲਾਣੀ ਜਗ੍ਹਾ ਦੇ ਉੱਪਰ ਕੀਤਾ ਵੀ ਆਹ ਵਾਲੇ ਠੇਕੇ ਖੁੱਲਣੇ, ਹੁਣ ਲਾਈਨਾਂ ਤਾਂ ਲੱਗਣਗੀਆਂ, ਤਾਂ ਉਹ ਲਿਸਟ ਜਾਰੀ ਹੋ ਗਈ ਹੈ। ਸਬਜ਼ੀ ਮੰਡੀ ਜਿਹੜੀ ਹੈ ਫਿਰੋਜ਼ਪੁਰ ਦੀ, ਉਹ ਇਹਨਾਂ ਨੇ ਉੱਥੇ ਕੰਟਰੋਲ ਕੀਤਾ, ਕਿਉਂਕਿ ਰਸ਼ ਬੜਾ ਪੈ ਜਾਂਦਾ ਸੀ ਗੰਨੇ ਵਾਲੀਆ ਸਾਹਿਬ। 4 ਦਿਨ ਹੁਣ ਜਿਹੜੀ ਉਹ ਖੁੱਲਿਆ ਕਰੂ ਫਿਰੋਜ਼ਪੁਰ ਦੀ ਸਬਜ਼ੀ ਮੰਡੀ ਦੀ ਗੱਲ ਕਰੀਏ, ਸੋਮਵਾਰ ਬੁੱਧਵਾਰ ਸ਼ੁੱਕਰ ਤੇ ਸ਼ਨੀ, ਤਾਂ ਕਿ ਜਿਹੜਾ ਰਸ਼ ਨਾ ਪਵੇ, ਤਾਂ ਕਿ ਕਰੋਨਾ ਦੀ ਜਿਹੜੀ ਹੈਗੀ ਹੈ ਬਿਮਾਰੀ, ਇੱਥੋਂ ਅਸੀਂ ਡਿਸਟੈਂਸ, ਸੋਸ਼ਲ ਡਿਸਟੈਂਸ ਸਾਡਾ ਬਣਿਆ ਰਹੇ। ਇੱਕ ਜਿਹੜੀ ਖਬਰ ਥੋੜੀ ਜਿਹੀ ਮੰਦਭਾਗੀ ਖਬਰ ਫਿਰੋਜ਼ਪੁਰ ਦੇ ਪੱਤਰਕਾਰ ਭਾਈਚਾਰੇ ਵਾਸਤੇ ਹੈ, ਕਿਉਂਕਿ ਮੈਂ ਜ਼ਿਕਰ ਕਰਨਾ ਚਾਹਾਂਗਾ ਜੀ, ਕਿਉਂਕਿ ਸਾਡੇ ਇੱਕ ਗੁਰੂ ਸਾਹਿਬ ਦੇ ਪੱਤਰਕਾਰ ਸੀ ਪ੍ਰਦੀਪ ਕਾਲੜਾ, ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਬੀਤੇ ਦਿਨੀ, ਉਹਦੇ ਕਰਕੇ ਫਿਰੋਜ਼ਪੁਰ ਦੇ ਸਾਰੇ ਮੀਡੀਆ ਜਗਤ ਦੇ ਵਿੱਚ ਕਾਫੀ ਸੋਗ ਪਾਇਆ ਜਾ ਰਿਹਾ। ਵੱਡੀ ਗੱਲ ਇਹ ਸੀ ਕਿ ਮੈਨੂੰ ਲੱਗਦਾ ਕਿ ਮਹਿਜ 22 ਦਿਨ ਪਹਿਲਾਂ ਉਹਨਾਂ ਦੇ ਵੱਡੇ ਭਰਾ ਦੀ ਵੀ ਡੈਥ ਹੋਈ ਸੀ। ਇਹ ਫਿਰੋਜ਼ਪੁਰ ਦੇ ਸਾਰੇ ਗੁਰੂ ਸਾਹਿਬ ਫਿਰੋਜ਼ਪੁਰ, ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਪੱਤਰਕਾਰਾਂ ਚ ਕਾਫੀ ਇਹਦਾ ਸੋਗ ਦੀ ਲਹਿਰ ਹੈ ਜੀ। ਮਿਹਰਬਾਨੀ ਜੀ, ਸ਼ੁਕਰੀਆ, ਧੰਨਵਾਦ ਜੀ। ਤੇ ਅਮਨਦੀਪ ਲੱਕੀ ਜੀ, ਸਤਿ ਸ੍ਰੀ ਅਕਾਲ। ਅਮਨਦੀਪ ਜੀ, ਤੁਹਾਡੇ ਕੀ ਸਥਿਤੀ ਹੈ ਜੇਕਰ ਮੌਸਮ ਦੀ ਗੱਲ ਕਰੀਏ? ਮੌਸਮ ਵੇਖੋ, ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈਗੀ ਹੈ। ਮੌਸਮ ਦੇ ਵਿੱਚ ਸ਼ਾਮ ਨੂੰ ਹੁਣ ਝੱਖੜ ਤੂਫਾਨ ਵੀ ਆਇਆ ਹੈਗਾ, ਔਰ ਕਿਸਾਨਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਕਿਉਂਕਿ ਫਸਲਾਂ ਹਜੇ ਮੰਡੀ ਦੇ ਵਿੱਚ ਪਈਆਂ ਹੈਗੀਆਂ, ਤੇ ਮੌਸਮ ਦਾ ਜਿਹੜਾ ਮਿਜ਼ਾਜ ਆ ਆਉਂਦੇ 3 ਦਿਨਾਂ ਤੱਕ ਇਸੇ ਤਰ੍ਹਾਂ ਹੀ ਜਿਹੜਾ ਨੈੱਟ ਸ਼ੋ ਕਰ ਰਿਹਾ ਹੈਗਾ ਵੀ 3 ਦਿਨ ਮੌਸਮ ਖਰਾਬ ਰਹੇਗਾ ਜੀ। ਜੀ, ਤੇ ਬਾਕੀ ਕੋਰੋਨਾ ਦੀ ਕੀ ਸਥਿਤੀ ਹੈ ਜੀ? ਕੋਰੋਨਾ ਦੀ ਮੈਂ ਗੱਲ ਕਰਨ ਜਾ ਰਿਹਾ ਵੀ 131 ਪੇਸ਼ੈਂਟ ਜਿਹੜੇ ਸੀਗੇ ਨੰਦੇੜ ਸਾਹਿਬ ਵਾਲੇ ਸੰਬੰਧ ਸੀਗੇ, ਉਹਨਾਂ ਵਿੱਚੋਂ ਜਿਹੜੇ 71 ਸੈਂਪਲ ਹੈਗੇ ਨੈਗੇਟਿਵ ਆਏ ਸੀਗੇ, ਔਰ ਉਹਨਾਂ ਦੇ ਵਿੱਚੋਂ ਪੋਜ਼ਿਟਿਵਿਟੀ ਦੀ ਜੇਕਰ ਗੱਲ ਕਰੀ ਤਾਂ ਟੋਟਲ ਹੁਣ ਫਰੀਦਕੋਟ ਦੇ ਵਿੱਚ 42 ਕੇਸ ਜਿਹੜੇ ਪੋਜ਼ਿਟਿਵ ਪਾਏ ਗਏ ਹੈਗੇ ਆ, ਉਹਨਾਂ ਨੂੰ ਇੱਥੇ ਆਈਸੋਲੇਸ਼ਨ ਵਾਰਡ ਦੇ ਵਿੱਚ ਰੱਖਿਆ ਗਿਆ ਹੈਗਾ, ਔਰ ਸੈਂਪਲਿੰਗ ਦੀ ਜੇਕਰ ਗੱਲ ਕਰੀਏ ਤਾਂ 1400 ਤੋਂ 1500 ਦੇ ਦਰਮਿਆਨ ਜਿਹੜੇ ਸੈਂਪਲ ਹੈਗੇ ਆ ਉਹ ਚੈੱਕ ਵਾਸਤੇ ਹਜੇ ਇਹਨਾਂ ਨੇ ਲੈਬੋਰਟਰੀ ਨੂੰ ਭੇਜੇ ਹੋਏ ਨੇ ਜੀ। ਤੇ ਬਾਕੀ ਸੈਰ ਸਪਾਟੇ ਠੱਕੇ ਠੁੱਕਿਆਂ ਦਾ ਕੀ ਇੰਤਜ਼ਾਮ ਹੈ? ਕੱਲ ਨੂੰ ਖੁੱਲਣਗੀਆਂ ਫਿਰ ਦੁਕਾਨਾਂ? ਦੇਖੋ ਹੁਣ ਸਰਕਾਰ ਵੱਲੋਂ ਜਿਹੜੇ ਨਵੇਂ ਨਵੇਂ ਐਲਾਨ ਕੀਤੇ ਜਾ ਰਹੇ ਆ, ਕਿਉਂਕਿ ਪਹਿਲਾਂ ਇਹਨਾਂ ਨੇ 7 ਤੋਂ 11 ਦਾ ਐਲਾਨ ਕੀਤਾ, ਫਿਰ ਇਹਨਾਂ ਨੇ ਐਲਾਨ ਕੀਤਾ 9 ਤੋਂ 1 ਵਜੇ ਦਾ, ਹੁਣ ਇਹਨਾਂ ਨੇ ਐਲਾਨ ਕਰਤਾ ਹੈਗਾ ਵੀ ਸੁਬਹ 7 ਵਜੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 3 ਵਜੇ ਤੱਕ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ ਸਾਰੀਆਂ। ਤਾਂ ਜਿਹੜੇ ਜਿਹੜੇ ਸੰਸੀਅਰ ਲੋਕ ਨੇ ਉਹਨਾਂ ਦੇ ਵਿੱਚ ਇਸ ਗੱਲ ਨੂੰ ਬੜਾ ਦੁਖਦਾਈ ਖਬਰ ਇਹਨਾਂ ਨੂੰ ਸਰਕਾਰ ਨੂੰ ਕਹੀ ਜਾ ਰਹੀ ਹੈ, ਕਿਉਂਕਿ ਲੋਕ ਕਹਿ ਰਹੇ ਨੇ ਵੀ ਜਦੋਂ ਤਾਂ ਕੇਸ ਆਏ ਨੀ ਸੀਗੇ, ਹਨਾ,
ਉਦੋਂ ਲੋਕਡਾਊਨ 'ਚ ਬੜੀ ਸਖਤੀ ਕੀਤੀ ਹੋਈ ਸੀ ਤੇ ਹੁਣ ਜੇਕਰ ਇੰਨੇ ਕੇਸ ਪੋਜ਼ਿਟਿਵ ਆ ਗਏ ਆ ਰਹੇ ਹੈਗੇ ਨੇ ਤੇ ਹੁਣ ਸਗੋਂ ਢਿੱਲ ਦੇ ਰਿਹਾ ਪ੍ਰਸ਼ਾਸਨ ਜਾਂ ਸਰਕਾਰ, ਇਹ ਕਿਉਂ ਦੇ ਰਿਹਾ ਹੈਗਾ ਇਹਦਾ ਕਾਰਨ ਨਹੀਂ ਲੋਕਾਂ ਨੂੰ ਪਤਾ ਲੱਗ ਰਿਹਾ ਹੈਗਾ। ਜੀ ਜੀ ਮਿਹਰਬਾਨੀ ਜੀ। ਤੇ ਹੁਣ ਆਪਾਂ ਚੱਲਦੇ ਹਾਂ ਜੀ, ਬਲਦੇਵ ਸ਼ਰਮਾ ਜੀ ਸਾਡੇ ਨਾਲ ਆ ਗਏ ਨੇ ਮਾਨਸਾ ਤੋਂ। ਬਲਦੇਵ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਵਾਮੀ ਜੀ। ਤੁਹਾਡੇ ਤਾਂ ਫਿਰ ਮਾਨਸਾ ਵਾਲਿਆਂ ਨੇ ਧਮਾ ਪੂਰੀ ਵਰਲਡ ਦੇ ਵਿੱਚ ਧਮੱਚੜ ਪਾ ਰੱਖਿਆ ਜੀ, AK-47 ਨਾਲ ਚਲਾ ਕੇ। ਹੈਂ ਪਿੰਡ ਵਾਲੇ ਕੀ ਕਹਿੰਦੇ, ਕੀ ਕਹਿੰਦਾ ਉੱਥੋਂ ਦਾ ਤੁਹਾਡੇ ਇਲਾਕੇ ਦੇ ਲੋਕ, ਤੇ ਕੀ ਸਿੱਧੂ ਮੂਸੇਵਾਲਾ ਬਾਹਰ ਆਇਆ ਉਸ ਤੋਂ ਬਾਅਦ? ਸਿੱਧੂ ਮੂਸੇਵਾਲਾ ਜੀ ਫਿਰਦਾ ਤਾਂ ਬਾਹਰ ਹੀ ਹੈ, ਉਹਨੂੰ ਕੋਈ ਇਸ ਪਰਚੇ ਦਾ ਡਰ ਨਹੀਂ, ਕਿਉਂਕਿ ਪ੍ਰਸ਼ਾਸਨ ਨੇ ਦੇਖੋ ਜਿਹੜਾ ਪਰਚਾ ਕੀਤਾ ਕਰਫਿਊ ਦਾ ਕੀਤਾ ਸੀ, ਕਰਫਿਊ ਦਾ ਹੁਣ 188 ਦਾ ਪਰਚਾ ਤੇ AK-47 ਦਾ, ਦੋਵਾਂ ਚ ਅੰਤਰ ਹੈਗਾ। ਤੇ ਜਿਹੜਾ ਪਰਚਾ ਬਣਨਾ ਚਾਹੀਦਾ ਸੀਗਾ ਉਹ ਤਾਂ ਬਣਾਇਆ ਨੀ, ਉਹਦਾ ਜ਼ਿਕਰ ਤੱਕ ਨੀ FIR ਦੇ ਵਿੱਚ, ਤੁਸੀਂ ਵੀ ਪੜ੍ਹੀ ਹੈ ਮੈਂ ਵੀ ਪੜ੍ਹੀ ਹੈ FIR ਚ, ਉਹਦਾ ਜ਼ਿਕਰ ਤੱਕ ਨੀ ਹੈ। ਇਹ ਕੇਸ ਹੈ ਜਿਹੜਾ, ਇਹ ਵੀਡੀਓ ਵਾਇਰਲ ਹੋ ਗਈ, ਤੁਸੀਂ ਕਰਤੀ, ਪੰਜਾਬ ਟੂਡੇ ਨੇ ਜਦੋਂ ਖੁਲਾਸਾ ਕੀਤਾ ਉਸ ਤੋਂ ਬਾਅਦ ਕਾਰਵਾਈ ਕਰਨੀ ਪੈਣੀ ਸੀ, ਉਹਨਾਂ ਨੇ 188 ਦਾ ਪਰਚਾ ਦਿੱਤਾ ਤੇ ਹੁਣ ਅੱਗੇ 1-2 ਸਸਪੈਂਡ ਕਰਕੇ ਹੁਣ ਇਸ ਮਾਮਲੇ ਨੂੰ ਦਬਾਉਣਾ ਹੈਗਾ। ਜਿਹੜਾ ਸਿੱਧੂ ਹੈ ਇਹਦਾ ਸ਼ੁਰੂ ਤੋਂ ਹੀ ਇਹਦਾ ਇਹੀ ਵਰਤਾਰ ਆ ਰਿਹਾ ਹੈ, ਇਹ ਕਿਸੇ ਨਾ ਕਿਸੇ ਵਿਵਾਦਾਂ ਚ ਰਹਿੰਦਾ। ਦੇਖੋ ਉਹੀ ਪ੍ਰਸ਼ਾਸਨ ਹੈ ਜਿਹਨੇ ਪਹਿਲਾਂ ਅਸਲੇ ਨੂੰ ਬੜਾਵਾ ਦੇਣ ਵਾਲੇ ਗੀਤ ਤੇ ਲੱਚਰ ਗੀਤ ਗਾਇਕੀ ਨੂੰ ਉਹਨੇ ਦੇ ਪਿੱਛੇ ਜੇ ਪਰਚਾ ਕੀਤਾ ਤੇ ਉਹੀ ਉਹਨੇ ਜੁਰਮ ਫੇਰ ਦੁਹਰਾਇਆ, ਜੁਰਮ ਨਹੀਂ ਦੁਹਰਾਇਆ, ਉਹ ਕਰਕੇ ਵੀ ਦਿਖਾਇਆ ਤਾ ਉਹਨੇ, ਉਹਨੇ AK-47 ਉਦੋਂ ਬਾਅਦ ਤਾਂ ਉਹਨੇ ਟਵੀਟ ਵੀ ਕਰਤਾ ਕਹਿੰਦਾ ਅੱਗ ਉੱਗ ਦਾ ਬਣਾ ਕੇ ਉਂਗਲ ਜੀ। ਹਾਂ ਇਸ ਕਰਕੇ ਉਹ ਹੁਣ ਕਿਹੜਾ ਡਰਦਾ ਹੋਊਗਾ, ਕਹਿੰਦਾ ਮੇਰੀ ਜਿਹੜੀ ਜਿੰਨੇ ਮੇਰੀ ਬਦਨਾਮੀ ਕਰਦੇ ਆ ਹੋਰ ਕਰਦੇ ਆ ਉਹਨਾਂ ਦੀ ਰੋਟੀ ਚੱਲਦੀ, ਉਹਨਾਂ ਨੂੰ ਕਰੀ ਜਾਣ ਦੋ। ਉਸ ਦੇ ਇਸ ਪਰਚੇ ਦਾ ਰੱਤੀ ਭਰ ਵੀ ਅਫਸੋਸ ਨੀ ਉਹਨੂੰ, ਨਾ ਇਹ ਜੀ ਘਟਨਾ ਦਾ। ਤੇ ਜਦੋਂ ਉਹਦੇ ਪਿਓ ਨਾਲ ਗੱਲ ਕੀਤੀ ਉਹ ਕਹਿੰਦਾ ਸਾਡਾ ਮੁੰਡਾ ਅਸਲੇ ਦਾ ਸ਼ੌਂਕੀ ਹੈ, ਇਸ ਕਰਕੇ ਹਾਂ ਇਸ ਕਰਕੇ ਉਹ ਸ਼ਾਹੀ ਕਾਕਿਆਂ ਦੇ ਅੱਜ ਕੱਲ ਨਾਲ ਰਲਿਆ ਹੋਇਆ ਤੇ ਸ਼ਾਹੀ ਕਾਕੇ ਵੀ ਇਹਦੇ ਚ ਕੋਸ਼ਿਸ਼ ਕੀਤੀ ਗਈ ਹੈ। ਤਸਵੀਰਾਂ ਕਹਿੰਦੇ ਬੜੇ ਵੱਡੇ ਵੱਡੇ ਲੀਡਰਾਂ ਨਾਲ ਰਿਸ਼ਤੇਦਾਰੀਆਂ ਜਾਂ ਉਹ ਕਹਿ ਲੋ ਕਿ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਉੱਠਣਾ ਬੈਠਣਾ ਕੀ ਇੱਕ ਪੰਜਾਬ ਦੇ ਮਹਿਰੂਮ ਸਾਬਕਾ ਮੁੱਖ ਮੰਤਰੀ ਦਾ ਦਿਮਾਗ ਵਿੱਚ ਸ਼ਾਮਲ ਹੈ। ਅੱਛਾ ਜੀ, ਉਹਨਾਂ ਦਾ ਦਿਮਾਗ ਸ਼ਾਮਲ ਹੈ ਉਸ ਘਰਾਣੇ ਦਾ, ਤੇ ਉਸੇ ਘਰਾਣੇ ਦੀ ਰਿਸ਼ਤੇਦਾਰੀ ਮਾਨਸਾ ਦੇ ਵਿੱਚ ਵੀ ਹੈ। ਉਹਦਾ ਨਾਂ ਆਇਆ ਬੜਬੜ ਤੋਂ, ਜਦੋਂ ਉਸੇ ਦਾ ਖੇਤ ਸੀ ਜਿਹੜੀ ਰੇਂਜ ਬਣਾਈ ਹੋਈ ਹੈ ਉਸੇ ਦੀ ਹੈ, ਦੱਸਦੇ ਸੂਤਰ ਜੀ। ਤੇ ਇਸ ਕਰਕੇ ਫਿਰ ਮਾਮਲੇ ਨੂੰ ਦਬਾਉਣਾ ਹੀ ਪੈਣਾ ਸੀ, ਕਿਉਂਕਿ ਉੱਪਰੋਂ ਸੱਸੀ ਡੰਡਾ ਜੋ ਹੈ ਸੀ, ਇਸ ਕਰਕੇ ਕਾਰਵਾਈ ਤਾਂ ਜਿਹੜੀ ਹੋਣੀ ਹੈ ਉਹ ਤਾਂ ਆਪਾਂ ਨੂੰ ਪਤਾ ਹੀ ਹੈ, ਨਿਕਲਣਾ ਕੱਖ ਨੀ, ਪਰ ਲੋਕਾਂ ਦੇ ਅੱਖਾਂ ਚ ਘੱਟਾ ਜ਼ਰੂਰ ਪਾਤਾ ਕਿ ਜਿਹੜਾ ਕੇਸ ਬਣਨਾ ਚਾਹੀਦਾ ਸੀ ਉਹ ਚੇਤੀ ਉਹਨਾਂ ਨੂੰ ਬੇਲ ਨਹੀਂ ਮਿਲਣੀ। ਤੇ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੇਸ ਦੋ ਇੱਥੇ ਚੱਲ ਰਹੇ ਹੈ ਇਸ ਤਰ੍ਹਾਂ। ਹੋਰ ਕੀ ਖਾਸ ਜੀ, ਕੁਛ ਮੌਸਮ ਨੂੰ ਲੈ ਕੇ ਤੇ ਖਰੀਦੋ ਫਰੋਖਤ ਕਰੋਨਾ ਜੀ, ਖਰੀਦੋ ਫਰੋਖਤ ਦਾ ਬੁਰਾ ਹਾਲ ਹੈ ਜੀ, ਬਾਰਦਾਨਾ ਨਹੀਂ ਰਿਹਾ, ਪਿਛਲੇ ਹਫਤੇ ਤੋਂ ਲਿਫਟਿੰਗ ਨਹੀਂ ਹੋ ਰਹੀ ਖਰੀਦ ਕੇਂਦਰਾਂ ਚ, ਤੇ ਬੁਰਾ ਹਾਲ ਹੈ। ਮੌਸਮ ਦਾ ਤਾਂ ਰੋਜ਼ਾਨਾ ਹੀ ਥੋੜੀਆਂ ਜਿਹੀਆਂ ਕਣੀਆਂ ਆ ਜਾਂਦੀਆਂ, ਤੇ ਜਿਹੜਾ ਪ੍ਰਸ਼ਾਸਨ ਦਾ ਪ੍ਰਬੰਧ ਹੈ ਅਨਾਜ ਮੰਡੀਆਂ ਚ ਮਾਰਕੀਟ ਕਮੇਟੀ ਦਾ ਪ੍ਰਬੰਧ ਹੈ ਕੁਛ ਹੈ ਨੀ, ਤੇ ਜਦੋਂ ਸਵੇਰੇ ਬੋਰੀਆਂ ਭਰਦੇ ਆ ਜਦੋਂ ਗਿੱਲੀਆਂ ਹੋ ਜਾਂਦੀਆਂ ਦੁਬਾਰਾ ਫੇਰ ਪਲਟ ਕੇ ਉਹਨਾਂ ਨੂੰ ਲੱਗੇ ਹੁੰਦੇ ਆ, ਇਸ ਕਰਕੇ ਕਣਕ ਤਾਂ ਇਹਨਾਂ ਨੇ ਖਰਾਬ ਕਰ ਲਈ ਜਾਂ ਫਿਰ ਗੋਦਾਮਾਂ ਚ ਜਾ ਕੇ ਸੜੂਗੀ ਕਿਉਂਕਿ ਸੁੱਕਦੀ ਹੈ ਨੀ, ਫਿਰ ਮੌਸਮ ਉਸੇ ਤਰ੍ਹਾਂ ਹੋਇਆ ਖੜਾ ਹੈਗਾ। ਇਸ ਕਰਕੇ ਐਤਕੀ ਤੇ ਜ਼ਿਆਦਾ ਹੈ ਜਿਹੜਾ ਕੁਦਰਤ ਦੀ ਮਾਰ ਹੈ, ਮੇਰਾ ਖਿਆਲ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਬਾਰਿਸ਼ ਹੈ ਇਸ ਉਸਦੀ, ਚਾਹੇ ਘੱਟ ਪੈ ਰਹੀ ਹੈ ਪਰ ਕਣਕ ਵਾਸਤੇ ਇਹ ਕਰੋਪੀ ਬਣ ਕੇ ਆ ਰਹੀ ਹੈ। ਤੇ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਸਵਰਨ ਜੀ, ਕਿ ਠੇਕੇ ਖੋਲਣ ਜਾ ਰਹੇ ਹੈ ਤੇ ਹੋਮ ਡਿਲੀਵਰੀ ਕਹਿੰਦੇ ਕਰਾਂਗੇ, ਹੁਣ ਜਿਹੜੀ ਅਰਥ ਵਿਵਸਥਾ ਹੈ ਉਹਦੀ ਤੇ ਉਹ ਸ਼ਰਾਬੀਆਂ ਦੇ ਸਿਰ ਤੇ ਆ ਗਈ ਹੈ ਜੀ ਫਿਰ ਪੰਜਾਬ ਦੀ। ਇਹ ਤਾਂ ਇਕੱਲੇ ਪੰਜਾਬ ਦੀ ਨਹੀਂ, ਇਹ ਤਾਂ ਸਾਰੇ ਭਾਰਤ ਦੀ ਆ ਗਈ ਜੀ। ਉਹ ਤਾਂ ਚੁਟਕਲਾ ਹੀ ਬਣ ਗਿਆ, ਕਹਿੰਦੇ ਵੀ ਜੇ ਕਿਸੇ ਸ਼ਰਾਬੀ ਦੀ ਜਿਹੜੀ ਉਹ ਆਪਣੇ ਲੜਖੜਾ ਰਿਹਾ ਸੀਗਾ, ਉਹ ਕਹਿੰਦੇ ਵੀ ਭਾਈ ਇਹ ਲੜਖੜਾ ਰਿਹਾ ਕਿਉਂਕਿ ਇਹਦੇ ਮੋਢਿਆਂ ਦੇ ਉੱਤੇ ਭਾਰਤ ਦੀ ਆਰਥਿਕਤਾ ਦਾ ਬੋਝ ਹੈ, ਦੇਸ਼ ਦੀ ਆਰਥਿਕਤਾ ਨੇ ਠੀਕ ਕਰਨੀ, ਇਹਨੂੰ ਸਹਾਰਾ ਦਿਓ ਤੁਸੀਂ। ਬਿਲਕੁਲ ਹਾਂਜੀ, ਇਹ ਤਾਂ ਇਕੱਲਾ ਪੰਜਾਬ ਨਹੀਂ, ਇਹ ਤਾਂ ਸਾਰੇ ਪਾਸੇ ਇਹੀ ਹਾਲਾਤ ਨੇ, ਪੂਰੇ ਭਾਰਤ ਦੇ ਹੀ ਹੈ, ਕਹਿੰਦਾ ਇੱਕ ਨੂੰ ਕੀ ਰੋਨੀ ਆ ਬਾਈ ਉੱਤੇ ਵੇ ਜੀ। ਸਹੀ ਗੱਲ, ਮਿਹਰਬਾਨੀ ਤੁਹਾਡੀ ਬਲਦੇਵ ਜੀ।
ਤੇ ਆਪਾਂ ਹੁਣ ਗੱਲ ਕਰਦੇ ਹਾਂ ਸੰਗਰੂਰ ਜਗਤਾਰ ਬਾਬਾ ਜੀ ਨਾਲ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ ਕੀ ਸਥਿਤੀ ਹੈ ਜੀ ਮੌਸਮ ਵਗੈਰਾ ਦੀ ਤੇ ਹੋਰ ਸਾਰੀ? ਹਾਂ ਪਹਿਲਾਂ ਸਵਰਨ ਜੀ ਮੈਂ ਤੁਹਾਨੂੰ ਜਿਹੜਾ ਮੌਸਮ ਹੈਗਾ ਮੌਸਮ ਦਾ ਦੱਸ ਦੇਵਾਂ ਵੀ ਜਿਵੇਂ ਕੱਲ ਕਣੀਆਂ ਪਈਆਂ ਨੇ ਸਵੇਰੇ ਵੀ ਮੌਸਮ ਦੀ ਬੱਦਲਬਾਜੀ ਸਾਰਾ ਦਿਨ ਬਣੀ ਰਹੀ ਹੈਗੀ ਜਿਹਦੇ ਨਾਲ ਕਿਸਾਨਾਂ ਦਾ ਜਿਹੜਾ ਵਿੱਚ ਅਨਾਜ ਪਿਆ ਹੈਗਾ ਮੰਡੀਆਂ ਦੇ ਵਿੱਚ ਉਹਨੂੰ ਲੈ ਕੇ ਵੀ ਚਿੰਤਾ ਹੈਗੀ। ਬਾਕੀ ਥੋੜੇ ਜਿਹੜੇ ਖਰੀਦ ਦੇ ਵੀ ਸੋਰਸ ਨੇ ਜਿਹੜੇ ਘੱਟ ਗਏ ਨੇ ਕਿਉਂਕਿ ਪਿੱਛੋਂ ਜਿਹੜੇ ਇਹਦੇ ਬਾਰਦਾਨੇ ਦੀ ਕਮੀ ਆ ਰਹੀ ਹੈ ਕਿ ਪੁਰਾਣਾ ਬਾਰਦਾਨਾ ਵੀ ਲਗਾਇਆ ਖਰੀਦਿਆ ਜਾ ਰਿਹਾ ਹੈਗਾ ਮਹਿਕਮਿਆਂ ਵੱਲੋਂ ਲਗਾਇਆ ਜਾ ਰਿਹਾ ਹੈਗਾ ਪਰ ਫਿਰ ਵੀ ਜਿਹੜਾ ਉਹਨਾਂ ਤੋਂ ਬਾਰਦਾਨਾ ਵਗੈਰਾ ਪੂਰਾ ਨਹੀਂ ਹੋ ਰਿਹਾ ਜਿਹਦੇ ਕਰਕੇ ਕਿਸਾਨ ਇੱਕ ਪਾਸੇ ਦਾ ਨਾ ਤਾਂ ਉਹ ਆਪਣੀ ਫਸਲ ਨੂੰ ਘਰੇ ਰੱਖ ਸਕਦੇ ਨੇ ਤੇ ਨਾ ਮੰਡੀਆਂ ਚ ਸੇਫ ਨੇ ਜੀ। ਕਿਸੇ ਤਰ੍ਹਾਂ ਕਰਕੇ ਵੀ ਜਿਹੜਾ ਇਹ ਕੋਰੋਨਾ ਦਾ ਤੇ ਜਿਹੜਾ ਪੈਣੀ ਪੈਣਾ ਸੀ ਬਾਕੀ ਹੋਰ ਵੀ ਜਿਹੜਾ ਮੌਸਮ ਦਾ ਵੀ ਉੱਪਰ ਬਹੁਤ ਕਰੋਪੀ ਪੈ ਰਹੀ ਹੈਗੀ ਕਿਸਾਨ ਦੇ ਉੱਪਰ ਜੀ। ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਕੋਰੋਨਾ ਦੇ ਮਰੀਜ਼ਾਂ ਦੀ ਜਿੱਥੇ ਸੰਗਰੂਰ ਵਾਸੀ ਕਹਿੰਦੇ ਸੀ ਵੀ ਜੀਰੋ ਨੀ ਟੁੱਟਣ ਦੇਣੀ ਤਕਰੀਬਨ ਹੁਣ 95 ਦੇ ਕਰੀਬ ਜਿਹੜਾ ਪਹੁੰਚ ਗਿਆ 95 ਹੋ ਗਏ ਸੀ ਟੋਟਲ ਜਿਹਦੇ ਵਿੱਚੋਂ 3 ਕੁ ਠੀਕ ਹੋ ਗਏ ਸੀ ਜੀ ਤੇ 92 ਦੀ ਗਿਣਤੀ ਰਹਿ ਗਈ ਸੀ ਤੇ ਉਸ ਤੋਂ ਇਹ ਜਿਹੜਾ ਕੋਰੋਨਾ ਦੀ ਇੰਨੀ ਜ਼ਿਆਦਾ ਗਿਣਤੀ ਵਧੀ ਕਿ ਪਹਿਲਾਂ ਤਾਂ 3 ਮਰੀਜ਼ ਸੀ ਤਿੰਨੋਂ ਠੀਕ ਹੋ ਗਏ ਸੀ ਇੱਕਦਮ ਜਦੋਂ ਵੀ ਹਜ਼ੂਰ ਸਾਹਿਬ ਦੀ ਸੰਗਤ ਆਈ ਹੈਗੀ ਉਹਨਾਂ ਨੂੰ ਚੈੱਕ ਕੀਤਾ ਗਿਆ ਹੈਗਾ ਤਾਂ ਤਕਰੀਬਨ ਸਾਰੇ ਜਿਹੜੇ ਬਹੁਤ ਜ਼ਿਆਦਾ ਉੱਚ ਤਾਦਾਦ ਚ ਪੋਜ਼ਿਟਿਵ ਆਏ ਨੇ ਕੋਰੋਨਾ ਜੀ। ਇਸ ਦੇ ਉਲਟ ਅਸੀਂ ਇੱਕ ਹਰਿਆਣਾ ਤੋਂ ਵੀ ਜਿਹੜੀ ਖਬਰ ਉਸੇ ਨਾਲ ਦੇ ਉੱਥੇ ਇੱਕ ਥਾਂ ਵੀ ਉਹ ਬੈਠੇ ਸੀ ਖੜੇ ਸੀ ਰਹਿੰਦੇ ਸੀ ਤੇ ਉਹਨਾਂ ਦਾ ਜਿਹੜਾ ਹਰਿਆਣਾ ਦੇ ਵਿੱਚ ਸੰਗਤ ਹੈਗੀ ਉਹਨਾਂ ਦਾ ਕਿਸੇ ਦਾ ਵੀ ਪੋਜ਼ਿਟਿਵ ਨਹੀਂ ਆਇਆ ਕੋਰੋਨਾ। ਅੱਛਾ ਇੱਥੋਂ ਕੋਈ ਨਾ ਕੋਈ ਇਹ ਵੀ ਡਾਊਟ ਹੁੰਦਾ ਹੈਗਾ ਵੀ ਕਿਤੇ ਵੀ ਸ਼ੱਕ ਤੇ ਜਾਂਦਾ ਹੈਗਾ ਵੀ ਇਹ ਜਿਹੜੇ ਟੈਸਟ ਨੇ ਇਹ ਕਿਵੇਂ ਕਰਦੇ ਨੇ ਕਿਉਂਕਿ ਹਰਿਆਣੇ ਦੇ ਵਿੱਚੋਂ ਇੱਕ ਵੀ ਕੋਰੋਨਾ ਜਿਹੜਾ ਪੋਜ਼ਿਟਿਵ ਨਹੀਂ ਆਇਆ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਆ ਰਹੇ ਨੇ ਜੀ ਜੀ। ਪੂਰੇ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ 1000 ਦੇ ਕਰੀਬ ਇਹਨਾਂ ਦੀ ਦੱਸੀ ਜਾ ਰਹੀ ਹੈ ਜੀ ਵੀ ਪੋਜ਼ਿਟਿਵ ਜਿਹੜੇ ਸੰਗਤ ਆਈ ਹੈ। ਗੱਲ ਆਖੀ ਹੈ ਤੁਸੀਂ ਕਿ ਜੇਕਰ ਹਰਿਆਣੇ ਦੇ ਵਿੱਚ ਵੀ ਤਾਂ ਸੰਗਤ ਆਈ ਹੈ ਉੱਥੇ ਨਹੀਂ ਕੋਈ ਪੋਜ਼ਿਟਿਵ ਆ ਰਿਹਾ ਪੰਜਾਬ 'ਚ ਪੋਜ਼ਿਟਿਵ ਆ ਰਿਹਾ ਕੋਈ ਵਾਕਿਆ ਸ਼ੰਕਾ ਦੀ ਗੱਲ ਹੈਗੀ ਹੈ ਤੁਹਾਨੂੰ? ਬਿਲਕੁਲ ਜੀ ਬਿਲਕੁਲ ਇਹ ਮਿਹਰਬਾਨੀ ਜੀ। ਤੇ ਸੁਰਿੰਦਰ ਜੀਤ ਜੀ ਸਤਿ ਸ਼੍ਰੀ ਅਕਾਲ ਫਾਜ਼ਿਲਕਾ। ਸੁਰਿੰਦਰਜੀਤ ਜੀ ਕੀ ਸਥਿਤੀ ਹੈ ਕਿਉਂਕਿ ਮਜ਼ਦੂਰ ਕਾਫੀ ਗੁੰਮਜਾਲ ਤੇ ਇੱਧਰ ਬਾਰਡਰ ਦੇ ਉੱਤੇ ਫਸੇ ਹੋਏ ਨੇ ਰਾਮਪੁਰੇ ਵਾਲੇ ਬਾਰਡਰ ਤੇ ਫਸੇ ਹੋਏ ਨੇ ਦੋਦੇ ਵਾਲੇ ਤੇ ਗੁੰਮਜਾਲ ਵਾਲੇ ਤੇ ਬੜੇ ਮਜ਼ਦੂਰਾਂ ਨੂੰ ਕਹਿੰਦੇ ਆਉਣ ਨਹੀਂ ਦਿੱਤਾ ਜਾ ਰਿਹਾ ਸਾਧੂ ਵਾਲੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਹੋਇਆ ਕੀ ਅਪਡੇਟਸ ਨੇ ਤੁਹਾਡੇ ਕੋਲ? ਜੀ ਬਿਲਕੁਲ ਜਿੰਨੇ ਵੀ ਜਿਵੇਂ ਮੰਨ ਲਓ ਰਾਜਸਥਾਨ ਤੋਂ ਜਿਹੜੇ ਲੇਬਰ ਲੈ ਕੇ ਆਉਂਦੀ ਸੀ 3000 ਦੇ ਕਰੀਬ ਸੀਗੀ ਜਿਹੜੀ ਇਹਨਾਂ ਦੀ ਸੰਖਿਆ ਤੇ ਉਹਨਾਂ ਨੂੰ ਅਬੋਹਰ ਦੇ ਇਲਾਕੇ ਦੇ ਵਿੱਚ ਹੀ ਜਿਹੜਾ ਪਿੰਡ ਰਾਮਸਰ ਹੈ ਜਾਂ ਹੋਰ ਕਮਿਊਨਿਟੀ ਸੈਂਟਰ ਨੇ ਪ੍ਰਾਈਵੇਟ ਜਿਹੜੇ ਪੈਲਸ ਨੇ ਉੱਥੇ ਟਰਾਇਆ ਗਿਆ ਲੇਕਿਨ ਜਿਹੜਾ ਉਹ ਆਪਣਾ ਕੁਆਰੰਟਾਈਨ ਉਹਨਾਂ ਦਾ ਪੂਰਾ ਹੋ ਚੱਲਿਆ ਲੇਕਿਨ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਉਹਨਾਂ ਨੂੰ ਜਿਹੜਾ ਦਿਨ ਪੂਰੇ ਕਰਨੇ ਪੈਣੇ ਨੇ ਇਸ ਕਰਕੇ ਜਿਹੜਾ ਵਿਭਾਗ ਹੈ ਉਹਨਾਂ ਨੂੰ ਉੱਥੇ ਰੋਕ ਕੇ ਬੈਠਾ ਲੇਕਿਨ ਉਹਨਾਂ ਨੂੰ ਸਮੱਸਿਆਵਾਂ ਜਿਹੜੀਆਂ ਉੱਥੇ ਕਾਫੀ ਆ ਰਹੀਆਂ ਨੇ ਬਾਕੀ ਜਿਹੜੇ ਉਹਨਾਂ ਦੇ ਵਿੱਚੋਂ ਸੀਗੇ ਮੇਨ ਗੱਲ ਲੇਬਰ ਦੇ ਵਿੱਚੋਂ ਹਾਲੇ ਤੱਕ ਆਪਣੇ ਜਿਹੜੇ ਜਿੰਨੇ ਵੀ ਇੱਥੇ ਠਹਿਰਾਏ ਗਏ ਸੀ ਉਹਨਾਂ ਦੇ ਵਿੱਚੋਂ ਹਾਲੇ ਕੋਈ ਕੇਸ ਪੋਜ਼ਿਟਿਵ ਨਹੀਂ ਆਇਆ ਲੇਕਿਨ ਜਿਹੜੇ ਸ਼ਰਧਾਲੂ ਸੀਗੇ ਅੱਜ ਤੱਕ ਹਜ਼ੂਰ ਸਾਹਿਬ ਤੋਂ ਵਾਪਸ ਆਏ ਸੀਗੇ ਉਹਨਾਂ ਚੋਂ ਜ਼ਰੂਰ ਜਿਹੜੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਹੁਣ 29 ਕੇਸ ਪੋਜ਼ਿਟਿਵ ਹੋ ਚੁੱਕੇ ਨੇ ਜਿਹੜੇ 2-3 ਦਿਨ ਪਹਿਲਾਂ ਜਿਹੜੇ ਸਿਰਫ ਹਫਤਾ ਪਹਿਲਾਂ ਤਾਂ ਗ੍ਰੀਨ ਜ਼ੋਨ ਦੇ ਵਿੱਚ ਹੀ ਚੱਲ ਰਿਹਾ ਸੀਗਾ ਫਾਜ਼ਿਲਕਾ ਜ਼ਿਲ੍ਹਾ ਨਹੀਂ ਜਿਹੜੇ ਮਜ਼ਦੂਰ ਹਜੇ ਪੰਜਾਬ ਨੇ ਵੜਨ ਨਹੀਂ ਦਿੱਤੇ ਉਹਨਾਂ ਦੀ ਸਥਿਤੀ ਕੋਈ ਅਪਡੇਟ ਹੈ ਜਿਹੜੇ ਇਹ ਤਹਿਤ ਅੰਦਰ ਆ ਗਏ ਜਿਹੜੇ ਗੁੰਮਜਾਲ ਸਾਧੂ ਵਾਲੀ ਹਰਿਆਣਾ ਰਾਜਸਥਾਨ ਦੇ ਵਿੱਚ ਹੀ ਬੈਠੇ ਹੋਏ ਨੇ ਪੰਜਾਬ ਸਰਕਾਰ ਉਹਨਾਂ ਨੂੰ ਕਿਉਂ ਨਹੀਂ ਲੈ ਰਹੀਗੀ ਇਹਦੇ ਬਾਰੇ? ਜੀ ਬਿਲਕੁਲ ਇੱਕ ਵਾਰੀ ਕਿਉਂਕਿ 2-3 ਦਿਨ ਪਹਿਲਾਂ ਹੀ ਜਿਹੜਾ ਫਾਜ਼ਿਲਕਾ ਡਿਪਟੀ ਕਮਿਸ਼ਨਰ ਜਦੋਂ ਕੇਸ ਪੋਜ਼ਿਟਿਵ ਆਏ ਸੀਗੇ ਉਸ ਤੋਂ ਬਾਅਦ ਪੂਰਾ ਬਾਰਡਰ ਹੀ ਸੀਲ ਕਰਨ ਦੇ ਹੁਕਮ ਦੇ ਦਿੱਤੇ ਗਏ ਸੀਗੇ ਜੀ ਵੀ ਨਾ ਕੋਈ ਬਾਹਰਲੀ ਸਟੇਟ ਤੋਂ ਇੱਥੇ ਐਂਟਰ ਕਰੇਗਾ ਨਾ ਹੀ ਕੋਈ ਬਾਹਰ ਜਾਏਗਾ ਤੇ ਉਸ ਹੁਕਮਾਂ ਦੇ ਮੁਤਾਬਕ ਹੀ ਜਿਹੜਾ ਉਹਨਾਂ ਨੂੰ ਇੱਧਰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਪੂਰੇ ਬਾਰਡਰ ਸੀਲ ਕਰ ਦਿੱਤੇ ਹੋਏ ਨੇ ਪ੍ਰਸ਼ਾਸਨ ਵੱਲੋਂ। ਹਾਂਜੀ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਮੁਕਤਸਰ। ਰੁਪਿੰਦਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਹਿਬ। ਰੁਪਿੰਦਰ ਜੀ ਕੀ ਸਥਿਤੀ ਹੈਗੀ ਆ ਜੇਕਰ ਆਪਾਂ ਗੱਲ ਕਰੀਏ ਤਾਂ ਕਣਕ ਦੀ ਖਰੀਦ ਦੀ ਮੰਡੀਆਂ ਦੇ ਹਾਲਾਤ ਦੀ ਮੌਸਮ ਦੀ?
ਮੌਸਮ ਤਾਂ ਦਾਨੇ ਵਾਲੇ ਸਾਹਿਬ ਤੁਹਾਨੂੰ ਪਤਾ ਵੀ ਕਿਸਾਨਾਂ ਵਾਸਤੇ ਬਹੁਤ ਖਰਾਬ ਚੱਲ ਰਿਹਾ ਜੀ, ਕਿਉਂਕਿ ਪਹਿਲਾਂ ਤਾਂ ਨਹਿਰਾਂ ਦੀ ਲਗਾਤਾਰ ਬੰਦੀ ਸੀ, ਬੰਦੀ ਕਰਕੇ ਦਾਨੇ ਵਾਲੇ ਸਾਹਿਬ ਬਹੁਤ ਕਿਸਾਨ ਆਪਾਂ ਰਿਪੋਰਟਾਂ ਰਿਪਾਟਾਂ ਵੀ ਲਾਈਆਂ ਕਾਫੀ ਵੀ ਬੰਦੀ ਕਰਕੇ ਨਾ ਜਿਹੜੇ ਨਰਮਾ ਬੈਲਟ ਆ ਜਿਹੜੀ ਉਹਨੂੰ ਬੜੀ ਵੱਡੀ ਪਰੇਸ਼ਾਨੀ ਆਈ ਕਿਸਾਨਾਂ ਨੇ ਵਿਚਾਰਿਆਂ ਡੀਜ਼ਲ ਫੂਕ ਫੂਕ ਲਾਇਆ। ਹੁਣ ਜਿਹੜਾ ਕੀ ਹੈ ਕਿ ਕਿਸਾਨ ਅੱਜ ਕੱਲ੍ਹ ਨਰਮੇ ਦੀ ਰੋਣੀ ਵਗੈਰਾ ਕਰ ਰਹੇ ਸੀ, ਹੁਣ ਨਰਮੇ ਦੀ ਬਿਜਾਈ ਚੱਲ ਰਹੀ ਹੈ ਨਰਮਾ ਪੱਟੀ ਹੋਣ ਕਰਕੇ, ਤੇ ਇੰਨਾ ਮਹਿੰਗਾ ਬੀਜ ਆ ਤੇ ਹੁਣ ਮੌਸਮ ਦੇ ਨਾਲ ਕਿਸਾਨਾਂ ਕਰੰਟ ਹੋ ਰਿਹਾ, ਕਿਸਾਨ ਕਰੰਟ ਭੰਨ ਰਹੇ ਆ ਵਿਚਾਰੇ ਮਸ਼ੀਨਾਂ ਨਾਲ ਹੱਥਾਂ ਨਾਲ। ਉਸ ਤੋਂ ਉੱਤੇ ਮੌਸਮ ਜਿਹੜਾ ਇਸ ਤਰ੍ਹਾਂ ਦਾ ਅਨੁਕੂਲ ਬਣਿਆ ਹੋਇਆ ਇਹੋ ਜਿਹੇ ਵਾਤਾਵਰਨ ਕਿਸਾਨਾਂ ਦੀ ਜਿਹੜੀ ਜਿਹੜੀ ਕਿ ਹੁਣ ਬਿਜਾਈ ਦਾ ਟਾਈਮ ਹੈ ਪੂਰਾ ਪੀਕ ਹੈ ਇਸ ਟਾਈਮ ਚੱਲ ਰਹੀ ਹੈ, ਇਸ ਕਰਕੇ ਬੜੀ ਵੱਡੀ ਕਿਸਾਨਾਂ ਨੂੰ ਮੁਸ਼ਕਲ ਆ ਰਹੀ ਹੈ। ਪਿੰਡਾਂ ਦੇ ਵਿੱਚ ਰਿਪੋਰਟਾਂ ਆ ਰਹੀਆਂ ਕਿਸਾਨ ਵਿਚਾਰਾ ਬੜਾ ਪਰੇਸ਼ਾਨ ਹੈ। ਬਾਕੀ ਰਹੀ ਗੱਲ ਮੰਡੀਆਂ ਦੀ, ਮੰਡੀਆਂ ਦੇ ਵਿੱਚ ਜਿਹੜਾ ਪਾਸ ਸਿਸਟਮ ਸੀ ਠੀਕ ਹੈ ਹੁਣ ਨੇੜੇ ਹੋ ਗਈ ਖੇਤੀ ਥੋੜੀ ਜਿਹੀ ਮੰਡੀ ਕਰਨ, ਪਰ ਇਹਦੇ ਵਿੱਚ ਪਾਸ ਸਿਸਟਮ ਦਾ ਬੜੀ ਮੰਡੀਆਂ 'ਚ ਰੌਲਾ ਪਿਆ ਵੀ ਸਾਨੂੰ ਪੂਰੇ ਅਰਥ ਕੇ ਪਾਸ ਨਹੀਂ ਦਿੰਦੇ, ਜ਼ਿਮੀਂਦਾਰ ਟਰਾਲੀਆਂ ਲੈ ਕੇ ਖੜੇ ਰਹਿੰਦੇ ਸੀ ਪਾਸੇ ਵਿਚਾਰੇ ਵੀ ਇਸ ਤਰ੍ਹਾਂ। ਬਹੁਤ ਛੋਟੇ ਜ਼ਿਮੀਂਦਾਰ ਤੇ ਖਾਸ ਕਰਕੇ ਜਿਹਦੇ ਕੋਲ ਕੋਈ ਜ਼ਿਆਦਾ ਸਾਧਨ ਨਹੀਂ, ਕਿਰਾਏ ਤੇ ਲੈ ਕੇ ਆਇਆ ਟਰੈਕਟਰ ਟਰਾਲੀ ਉਹਨੂੰ ਮੰਡੀ 'ਚ ਨਹੀਂ ਵੰਡ ਦਿੱਤਾ, ਕਦੇ ਕਮੈਂਡ ਨਾ ਮਿਲੀ, ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਲੋਕਡਾਊਨ ਦੌਰਾਨ ਨਾ ਵੇਖਣ ਨੂੰ ਕਿਸਾਨਾਂ ਦੀਆਂ ਮਿਲੀਆਂ ਜੀ। ਵਾਕਿਆ ਤੁਹਾਡੀ ਗੱਲ ਸਹੀ ਹੈ, ਤੇ ਨਰਮੇ ਦਾ ਬੀਜ ਵਗੈਰਾ ਮਿਲ ਰਿਹਾ ਕਿਸਾਨਾਂ ਨੂੰ ਕਿ ਨਹੀਂ? ਨਰਮੇ ਦਾ ਜਿਹੜੇ ਕਿਸਾਨ ਚਾਹੁੰਦੇ ਆ ਵੀ ਆਪਦੀਆਂ ਕੋਈ ਯੂਨੀਵਰਸਿਟੀ ਵੱਲ ਕੋਈ ਸਿਫਾਰਸ਼ ਵੀ ਸਾਨੂੰ ਆਹ ਕਿਸਮਾਂ ਮਿਲਣ ਆਹ ਮਿਲਣ, ਉਹ ਬਹੁਤ ਵੱਡੀ ਪੱਧਰ ਤੇ ਤਦਾਦ 'ਚ ਕਿਸਾਨ ਗੇੜੇ ਮਾਰਦੇ ਵੇਖੀ ਜਾਂਦੇ ਆ, ਕਦੇ ਮਤਲਬ ਕਿ ਡੀਲਰ ਵੱਲੋਂ ਨਹੀਂ ਦਿੱਤੇ ਜਾਂਦੇ। ਜ਼ਿਆਦਾਤਰ ਕਿਸਾਨਾਂ ਦਾ ਸਿਸਟਮ ਜਿਹੜਾ ਆੜ੍ਹਤੀਆਂ ਰਾਹੀਂ ਹੁੰਦਾ ਜੀ, ਇੱਕ ਛੋਟੇ ਕਿਸਾਨਾਂ ਦਾ ਜੀ, ਉੱਧਰੋਂ ਲੈ ਕੇ ਉਹਨਾਂ ਨੇ ਗਾਹ ਦਵਾਉਣਾ ਹੁੰਦਾ ਵੀ ਉਸ ਦੁਕਾਨ ਤੋਂ ਲੈ ਲਾ। ਉਹ ਦੁਕਾਨ ਕੱਲ੍ਹ ਮੁਕਤਸਰ ਸਾਹਿਬ ਦੇ ਵਿੱਚ ਮੈਂ ਵੇਖਿਆ ਵੀ ਕਿਸਾਨਾਂ ਨੂੰ ਬੜੀ ਵੱਡੀ ਪਰੇਸ਼ਾਨੀ ਆ ਰਹੀ ਸੀ, ਸਾਨੂੰ ਆਹ ਨਹੀਂ ਮਿਲਦਾ ਜੀ, ਉਹ ਕਹਿੰਦੇ ਆਹ ਲੈ ਲਓ ਜੀ, ਜੇਕਰ ਅਸੀਂ ਸੀਡ ਹੀ ਮਾੜਾ ਬੀਜਾਂਗੇ ਆਪਦੀ ਮਰਜ਼ੀ ਮੁਤਾਬਕਣਾਂ ਦੀ, ਫਿਰ ਫਸਲ ਦੀ ਕੀ ਆਸ ਕਰਾਂਗੇ? ਬਿਲਕੁਲ, ਇਹ ਵੀ ਗੱਲ ਸਿਆਣੀ ਤੁਹਾਡੀ। ਹਾਂਜੀ, ਇਸ ਤਰ੍ਹਾਂ ਦੀ ਪਰੇਸ਼ਾਨੀ ਕਿਸਾਨਾਂ ਦੇ ਛੋਟੇ ਕਿਸਾਨ ਆ ਜਿਹੜੇ ਜੀ ਮੱਧ ਵਰਗ ਕਹਿੰਦੇ ਨਾ, ਜਿਹੜਾ ਅਸਰਤਾ ਰੱਸਾ ਦਾ ਮਾੜੀ ਥਾਂ ਤੇ ਟੁੱਟਦਾ ਕਰਨ ਵਾਲੇ ਕਿਸਾਨ। ਹਾਂਜੀ ਹਾਂਜੀ, ਇਹਦੇ ਤੇ ਜਿਹੜੇ ਵੱਡੇ ਕਿਸਾਨਾਂ ਤੇ ਬੇਸ਼ੱਕ ਅਸਰ ਨਾ ਪਵੇ, ਵੱਡੇ ਕੋਈ ਸਨਅਤਕਾਰਾਂ ਤੇ ਅਸਰ ਨਾ ਪਵੇ ਕਿ ਉਹ ਮਾਰ ਝੱਲ ਸਕਦੇ ਆ। ਅਰਥਚਾਰੇ ਵੀ ਚਲੋ ਸਾਰੀ ਦੀ ਪੈਗੀ ਕੁਦਰਤੀ ਮਹਾਮਾਰੀ ਆ, ਪਰ ਜਿਹੜਾ ਛੋਟੇ ਛੋਟੇ ਦੁਕਾਨਦਾਰ ਛੋਟੇ ਵਪਾਰੀ ਤੇ ਛੋਟੇ ਮੱਧ ਵਰਗੀ ਕਿਸਾਨ ਆ ਜਿਹੜੇ 5-10-15 ਕਿੱਲੇ ਵਾਲੇ ਜੀ, ਉਹਨਾਂ ਦੀ ਹਾਲਤ ਬੜੀ ਹਰ ਪੱਖ ਤੋਂ ਤਰਸਯੋਗ ਬਣੀ ਹੋਈ ਹੈ ਜੀ। ਸੋ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ, ਸ਼ੁਕਰੀਆ, ਧੰਨਵਾਦ। ਤੇ ਹੁਣ ਬਠਿੰਡੇ ਜੀ ਅਮਨਦੀਪ ਗੋਸਲ ਸਾਡੇ ਨਾਲ ਨੇ। ਗੋਸਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੋਸਲ ਜੀ, ਸਭ ਤੋਂ ਪਹਿਲਾਂ ਤਾਂ ਮੰਡੀਆਂ ਦੀ ਸਥਿਤੀ, ਮੌਸਮ ਇੱਥੇ ਵੀ ਮੀਂਹ ਲਗਾਤਾਰ 2 ਦਿਨ ਪਈ ਗਿਆ, ਅੱਜ ਸਵੇਰੇ ਵੀ ਪਿਆ, ਰਾਤ ਵੀ ਪਿਆ, ਪਰਸੋਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਕੀ ਕੁਛ ਕੀਤਾ। ਮੰਡੀਆਂ ਦੀ ਸਥਿਤੀ ਕੀ ਰਹੀ? ਕਣਕਾਂ ਦੀਆਂ, ਲੋਕਾਂ ਦੀਆਂ ਕਣਕਾਂ ਕਾਲੀਆਂ ਹੋਣ ਲੱਗ ਪਈਆਂ, ਭਿੱਜ ਗਈਆਂ ਨੇ, ਇੱਥੇ ਸ਼ੈੱਡ ਨਹੀਂ ਹੈਗੇ, ਬੁਰਾ ਹਾਲ ਹੈ ਜੀ। ਦੇਖੋ ਜੀ, ਜਿਹੜੀ ਗੱਲ ਕਰੀਏ ਆਪਾਂ, ਕਰੀਬ 1 ਹਫ਼ਤੇ ਲਗਾਤਾਰ ਇਸ ਗੱਲ ਤੇ ਜਿਹੜਾ ਹੈਗਾ ਖੁਲਾਸੇ ਕਰ ਰਹੇ ਸੀਗੇ ਵੀ ਜੋ ਮੰਡੀ ਬੋਰਡ ਦੇ ਅਧਿਕਾਰੀ ਨੇ ਦਾਅਵੇ ਕਰਨੇ ਖੋਖਲੇ ਨੇ ਜੀ, ਉਹ ਜਿਹੜੇ ਇਹਨਾਂ ਦਿਨਾਂ ਚ ਆ ਕੇ ਉਹ ਸਾਬਤ ਹੋ ਚੁੱਕੇ ਨੇ, ਵਾਕਈ ਖੋਖਲੇ ਨੇ। ਜੋ ਸਿਸਟਮ ਬਣਿਆ ਹੋਇਆ ਸੀਗਾ, ਕਹਿਣ ਨੂੰ ਕੁਛ ਹੋਰ ਸੀ, ਦਿਖਾਇਆ ਕੁਛ ਹੋਰ ਜਾ ਰਿਹਾ ਸੀ, ਕੀਤਾ ਕੁਛ ਹੋਰ ਜਾ ਰਿਹਾ ਸੀ, ਤੇ ਉਹ ਹਾਲਾਤ ਬਿਲਕੁਲ ਇਹੋ ਜਿਹੇ ਨੇ ਵੀ ਕਿਸਾਨ ਅੱਜ ਪਰੇਸ਼ਾਨ ਹੈ। ਠੀਕ ਹੈ ਜੀ, ਮੰਡੀਆਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਆਮਦ ਹੋ ਚੁੱਕੀ ਹੈ ਕਣਕ ਦੀ, ਉਹਦੀ ਸਾਂਭ ਸੰਭਾਲ, ਉਹਦੀ ਦੇਖ ਰੇਖ ਦੇ ਪ੍ਰਬੰਧ ਇੱਡੇ ਮਾੜੇ ਨੇ ਵੀ ਉਹਨਾਂ ਦੀ ਜਿਹੜੀ ਹੈਗੀ ਹੈ 6 ਮਹੀਨਿਆਂ ਦੀ ਕਮਾਈ ਆਪਾਂ ਕਹਿ ਦਈਏ ਵੀ ਉਹ ਨਾਲੀਆਂ 'ਚ ਜਾ ਰਹੀ ਹੈ। ਤੇ ਜੋ ਸਿਸਟਮ ਬਣਿਆ ਹੋਇਆ ਐਡਾ ਮਾੜਾ ਹੈ ਵੀ ਜਿੰਨਾ ਕਹਿ ਦਈਏ, ਪ੍ਰਬੰਧ ਕਹਿਣ ਨੂੰ ਬਹੁਤ ਕਿਹਾ ਜਾ ਰਿਹਾ ਵੀ ਹਾਂਜੀ ਅਸੀਂ ਇਹ ਕੀਤਾ ਵੋ ਕੀਤਾ, ਪਰ ਦੇਖਣ ਨੂੰ ਜਾਂ ਆਪਾਂ ਕਹਿ ਦਈਏ ਪ੍ਰੈਕਟੀਕਲੀ ਕੁਛ ਵੀ ਨੀ ਹੈਗਾ ਉਸ ਚੀਜ਼ ਲੈ ਕੇ। ਤੇ ਜਿਹੜਾ ਹੈਗਾ ਮੰਡੀਆਂ ਦਾ ਬੁਰਾ ਹਾਲ ਹੈ, ਕਿਸਾਨਾਂ ਦੀ ਜਿਹੜੀ ਕਣਕ ਆ ਭਿੱਜ ਚੁੱਕੀ ਆ, ਲਿਫਟਿੰਗ ਨਹੀਂ ਹੋ ਰਹੀ ਹੈਗੀ, ਕਿਸਾਨ ਭਾਵੇਂ ਆਪਦੀ ਪਹੁੰਚ ਅਨੁਸਾਰ ਲੈ ਕੇ ਪਾਸ ਦੇ ਅਨੁਸਾਰ ਜਿਹੜਾ ਲੈ ਕੇ ਪਹੁੰਚ ਰਹੇ ਨੇ ਮੰਡੀਆਂ ਦੇ ਵਿੱਚ ਜੀ, ਪਰ ਉਹਨਾਂ ਦੀ ਜਿਹੜੀ ਸੁਣਵਾਈ ਕੋਈ ਨਹੀਂ ਹੈ ਜੀ। ਤੇ ਬਾਕੀ ਕੋਰੋਨਾ ਨੂੰ ਲੈ ਕੇ ਇਕਾਂਤਵਾਸ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀ ਕੀ ਸਥਿਤੀ ਹੈ ਜੀ, ਉਹਨਾਂ ਬਾਰੇ ਜਾਣਕਾਰੀ, ਕੋਈ ਅਪਡੇਟਸ? ਕੱਲ੍ਹ ਨੂੰ ਠੇਕੇ ਵਗੈਰਾ ਖੁੱਲ੍ਹੇ ਨੇ, ਉਹ ਕਿਵੇਂ ਖੁੱਲ੍ਹਣਗੇ? ਬਾਜ਼ਾਰ ਦੇ ਵਿੱਚ ਰੌਣਕਾਂ ਮੁੜ ਪਰਤ ਆ ਰਹੀਆਂ ਨੇ, ਕੀ ਹੁਣ ਠੇਕਿਆਂ ਦੇ ਉੱਤੇ ਜਿਹੜੇ ਲੋਕ ਆਉਣਗੇ ਇਹ ਕੋਰੋਨਾ ਨੂੰ ਕਿੰਨਾ ਕੁ ਰੋਕ ਪਾਉਣਗੇ? ਦੇਖੋ, ਜੋ ਪਹਿਲੇ ਦਿਨ ਛੋਟ ਦਿੱਤੀ ਗਈ ਸੀ ਲੋਕਾਂ ਨੇ, ਇੱਕ ਜਿਹੜਾ ਆਪਾਂ ਕਹਿ ਦਈਏ ਇੰਨੀ ਵੱਡੀ ਤਦਾਦ ਚ ਲੋਕ ਪਹੁੰਚ ਕੇ ਜਿਹੜਾ ਹੈਗਾ ਬਾਜ਼ਾਰ ਦੇ ਵਿੱਚ,
ਪ੍ਰਸ਼ਾਸਨ ਸੋਚਣ ਲਈ ਮਜਬੂਰ ਕਰਤਾ ਵੀ ਉਹਨਾਂ ਨੇ ਕੁਛ ਪਾਬੰਦੀਆਂ ਲਾ ਦਿੱਤੀਆਂ ਸੀ ਕਿ ਉਹ 2-wheeler ਤੇ 4-wheeler ਦੀ ਵਰਤੋਂ ਨਹੀਂ ਕਰ ਸਕਦੇ ਬਾਜ਼ਾਰ ਦੇ ਵਿੱਚ ਆਉਣ ਲਈ, ਤੇ ਉਦੋਂ ਬਾਅਦ ਉਹ ਲਗਾਤਾਰ ਚੱਲ ਰਹੀਆਂ ਜੋ ਸਿਸਟਮ ਚੱਲ ਰਿਹਾ ਹੈਗਾ, ਤੇ ਪ੍ਰਸ਼ਾਸਨ ਉਹਦੇ ਪੂਰਾ ਅਲਰਟ ਹੈ। ਦੇਖੋ ਇੱਕੋ ਦਮ ਜਿਹੜਾ ਹੈਗਾ ਜੋ ਆਪਣੇ ਬਾਹਰੋਂ ਲੋਕ ਆਏ ਸੀ ਉਹਨਾਂ ਕਰਕੇ ਜਿਹੜੇ ਕੋਰੋਨਾ ਜਿਹੜੇ ਪੋਜ਼ਿਟਿਵ ਦੀ ਗਿਣਤੀ ਵਧੀ ਹੈ, ਅੱਜ ਵੀ ਇੱਕ ਪੋਜ਼ਿਟਿਵ ਆਇਆ। ਪ੍ਰਸ਼ਾਸਨ ਵੱਲੋਂ ਭਾਵੇਂ ਨਹੀਂ ਖੁਲਾਸਾ ਕੀਤਾ ਗਿਆ ਵੀ ਜਿਹੜਾ ਹੈਗਾ ਉਹ ਕੌਣ ਹੈ ਕਿੱਥੋਂ ਹੈ, ਪਰ ਇੱਕ ਪੋਜ਼ਿਟਿਵ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਆਇਆ ਅੱਜ ਜੀ। ਇਸ ਜਿਹੜੇ 36 ਆਪਣੇ ਗਿਣਤੀ ਪਹੁੰਚ ਚੁੱਕੀ ਹੈ ਲੋਕਾਂ ਦੇ ਜਿਹੜੇ ਪੋਜ਼ਿਟਿਵ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ, ਪਰ ਪ੍ਰਸ਼ਾਸਨ ਵੱਲੋਂ ਆਪਦੇ ਤੌਰ ਦੇ ਉੱਤੇ ਜਿਹੜਾ ਹੈਗਾ ਬੇਨਤੀ ਵੀ ਕੀਤੀ ਜਾ ਰਹੀ ਹੈ ਵੀ ਤੁਸੀਂ ਲੋੜ ਅਨੁਸਾਰ ਘਰੋਂ ਨਿਕਲੋ। ਉਹਨਾਂ ਨੂੰ ਛੋਟ ਵੀ ਦਿੱਤੀ ਗਈ 7 ਤੋਂ 11 ਵਜੇ ਤੱਕ ਸਮਾਂ ਜਿਹੜਾ ਹੈਗਾ ਬੰਦ ਕੀਤਾ ਗਿਆ ਵੀ ਆਹ ਲੋਕ ਇੰਨੇ ਦਿਨ ਖੋਲ ਸਕਦੇ ਨੇ, ਇਲੈਕਟ੍ਰੋਨਿਕਸ ਹੋ ਗਿਆ ਹੋਰ ਜਿਹੜੇ ਹੈਗੇ ਜਾਂ ਮੋਬਾਈਲ ਕੰਪਨੀ ਜਿਹੜੇ ਹੈਗੇ ਆ ਮੋਬਾਈਲ ਦਾ ਕੰਮ ਕਰਦੇ ਨੇ ਉਹਨਾਂ ਲੋਕਾਂ ਦੇ 2 ਦਿਨ ਤੈਅ ਕੀਤੇ ਗਏ ਨੇ ਤੇ ਉਹਨਾਂ ਲਈ ਕੁਛ ਸਮਾਂ ਸੀਮਾ ਤੈਅ ਕੀਤੀ ਗਈ ਹੈ, ਪਰ ਲੋਕ ਸਮਝਣ ਨੂੰ ਤਿਆਰ ਨਹੀਂ ਹੈਗੇ। ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਫਿਰ ਵੀ ਆਪਣੇ ਧੱਕੇ ਆਪਾਂ ਕਹਿ ਦਈਏ ਵੀ ਲੋਕਾਂ ਦੀ ਭਲਾਈ ਲਈ ਧੱਕੇਸ਼ਾਹੀ ਕਰਨੀ ਪੈਂਦੀ ਹੈ। ਤੇ ਮੌਸਮ ਦੀ ਤੁਸੀਂ ਗੱਲ ਕੀਤੀ, ਮੌਸਮ ਕਰਕੇ ਜਿਹੜਾ ਕਿਸਾਨ ਸਭ ਤੋਂ ਵੱਧ ਪਰੇਸ਼ਾਨ ਹੈ ਜੀ। ਆਪਣੀ ਨਰਮਾ ਬੈਲਟ ਆ ਬਠਿੰਡਾ ਦੀ ਜੋ ਹੈਗੀ ਆ ਆਪਾਂ ਇਹਨੂੰ ਕਹਿੰਦੇ ਚਿੱਟੀ ਪੱਟੀ ਜਿਹੜੀ ਹੈਗੀ ਹੈ, ਇਸ ਟਾਈਮ ਜਿਹੜਾ ਹੈਗਾ ਨਰਮਾ ਕਰੰਟ ਹੋ ਚੁੱਕਿਆ ਪਿਛਲੇ 2 ਦਿਨਾਂ ਦੇ ਵਿੱਚ ਜਿਹੜਾ ਮੀਂਹ ਪਿਆ ਗਿਆ ਉਸ ਕਾਰਨ ਜਿਹੜਾ ਹੈਗਾ ਜਿਹਨਾਂ ਕਿਸਾਨਾਂ ਨੇ ਨਰਮਾ ਬੀਜ ਦਿੱਤਾ ਸੀਗਾ ਉਹ ਕਰੰਟ ਹੋ ਚੁੱਕਿਆ ਤੇਜ਼ ਬਾਰਿਸ਼ ਕਾਰਨ ਜੀ, ਤੇ ਉਹਨਾਂ ਨੂੰ ਦੋਹਰੀ ਮਾਰ ਪਈ ਹੈ ਜਿਹੜਾ ਹੈਗਾ। ਪਰ ਜਿਹੜਾ ਹੈਗਾ ਸਰਕਾਰ ਨੂੰ ਇਹਨਾਂ ਕਿਸਾਨਾਂ ਵੱਲ ਵੀ ਸੋਚਣ ਦੀ ਲੋੜ ਹੈ ਜਿਹੜੇ ਠੇਕੇ ਦੇ ਹਿੱਸੇਬੰਦੀ ਦੇ ਉੱਤੇ ਜਿਹੜੀ ਵਾਜ ਕਰ ਰਹੇ ਜੀ। ਤੇ ਹੋਰ ਕੀ ਕਹਿੰਦੇ, ਮੀਂਹ ਪੈਣ ਦੇ ਨਾਲ ਕਣਕਾਂ ਜਿੱਥੇ ਗੋਦਾਮਾਂ 'ਚ ਲੱਗੀਆਂ ਨੇ ਉੱਥੇ ਤਰਪਾਲਾਂ ਨਹੀਂ ਪਾਈਆਂ ਜਾ ਰਹੀਆਂ, ਜਾਣ ਬੁੱਝ ਕੇ ਜਿਹੜਾ ਉਹ ਵੀ ਇੱਕ ਕਪੜਾ ਹੋਊਗਾ ਫਿਰ ਅੱਗੇ ਜਾ ਕੇ। ਦੇਖੋ ਜੀ ਬਿਲਕੁਲ ਇਹਦਾ ਮੈਂ ਪਹਿਲੇ ਦਿਨ ਤੋਂ ਤੁਹਾਨੂੰ ਦੱਸ ਰਿਹਾ ਵੀ ਜਿਹੜਾ ਹੈਗਾ ਇਹਨਾਂ ਕੋਲ ਪ੍ਰਬੰਧ ਦਾਅਵੇ ਕੀਤੇ ਜਾ ਰਹੇ, ਅਸੀਂ ਤਰਪਾਲਾਂ ਦੀ ਪ੍ਰਬੰਧ ਕਰਤਾ ਜੀ, ਕਿਸਾਨਾਂ ਦੀ ਲਾਈਟਿੰਗ ਦਾ ਵੀ ਪ੍ਰਬੰਧ ਕਰਤਾ, ਉਹਨਾਂ ਚੀਨ ਦਾ ਪੜ੍ਹਾਈ ਦਾ ਪ੍ਰਬੰਧ ਕਰਤਾ, ਪਰ ਉਹ ਸਿਰਫ ਕਹਿਣ ਲਈ ਹੈ, ਦਿਖਾਉਣ ਲਈ ਨਹੀਂ ਹੈਗਾ ਜੀ। ਤੇ ਦਾਅਵੇ ਬਹੁਤ ਵੱਡੇ ਵੱਡੇ ਕੀਤੇ ਜਾ ਰਹੇ ਨੇ, ਮੌਸਮ ਅੱਜ ਵੀ ਖਰਾਬ ਹੈ ਬਠਿੰਡਾ ਦੇ ਵਿੱਚ, ਤੇ ਜਿਹੜਾ ਹੈਗਾ ਹਾਲਾਤ ਬੜੇ ਗੰਭੀਰ ਨੇ, ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਿਹੜੀ ਹੈ ਉਹ ਮੰਡੀਆਂ ਦੇ ਵਿੱਚ ਖਰਾਬ ਹੋ ਰਹੀ ਹੈ ਜੀ। ਦੋ ਕਿਸਾਨ ਮੰਡੀਆਂ ਦੇ ਵਿੱਚ ਰੁੜ ਰਿਹਾ ਵੀ ਉਹਨਾਂ ਨੂੰ ਇੱਕ ਜਿਹੜਾ ਹੈਗਾ ਆਪਦੀ ਜਿਹੜੀ ਫਸਲ ਹੈ ਉਹ ਲਿਆ ਕੇ ਸੁੱਟ ਦਿੰਦੇ ਨੇ, ਸੁੱਟਣ ਲਈ ਵੀ ਉਹਨਾਂ ਨੂੰ ਜਗ੍ਹਾ ਨੀ ਮਿਲ ਰਹੀ ਹੈਗੀ। ਤੇ ਲਿਫਟਿੰਗ ਜੇ ਹੋਊਗੀ ਤਾਂ ਜਗ੍ਹਾ ਖਾਲੀ ਹੋਊਗੀ, ਉਦੋਂ ਬਾਅਦ ਕਿਸਾਨ ਆਪਦੀ ਜਿਹੜੇ ਹੈਗਾ ਲੈ ਕੇ ਜਿਹੜੀ ਫਸਲ ਆਉਣਗੇ, ਇੱਕ 50 ਕੁਇੰਟਲ ਦਾ ਇੱਕ ਇਹਨਾਂ ਲਈ ਪੈਮਾਨਾ ਜਿਹੜਾ ਤੈਅ ਕੀਤਾ ਗਿਆ ਹੈਗਾ ਜੀ। ਤੇ ਉਹ ਹਾਲਾਤ ਬੜੇ ਗੰਭੀਰ ਬਣੇ ਹੋਏ ਨੇ, ਸਰਕਾਰ ਨਹੀਂ ਇਸ ਵੱਲ ਧਿਆਨ ਦੇ ਰਹੀ ਹੈਗੀ, ਸੋਚਣ ਦੀ ਲੋੜ ਹੈ। ਪੁੱਤਾਂ ਵਾਂਗੂ ਫਸਲ ਜਿਹੜੀ ਹੈ ਕਿਸਾਨਾਂ ਵੱਲੋਂ ਪਾਲੀ ਗਈ ਹੈ ਉਹ ਰੁੜ ਰਹੀ ਹੈ ਮੰਡੀਆਂ ਦੇ ਵਿੱਚ ਜੀ। ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ, ਬਹੁਤ ਬਹੁਤ ਧੰਨਵਾਦ ਜੀ ਅਮਨਦੀਪ ਜੀ, ਤੁਹਾਡਾ ਸ਼ੁਕਰੀਆ।